ਤੇ ਸੂਰਜ ਪਹੁੰਚੇ ਨੇ ਇੱਥੇ, ਉਹਨਾਂ ਦਾ ਵੀ ਹਾਰਦਿਕ ਸਵਾਗਤ ਹੈ। ਹੁਣ ਤੁਹਾਡੇ ਸਨਮੁਖ ਹੋਣਗੇ ਸਾਡੇ ਸਾਰਿਆਂ ਦੇ ਦਿਲਾਂ ਦੀ ਧੜਕਣ, ਪੰਜਾਬ ਦਾ ਸੂਰ, ਪਾਰਲੀਮੈਂਟ ਦਾ ਹੀਰਾ, ਸ਼੍ਰੀ ਭਗਵੰਤ ਸਿੰਘ ਜੀ ਮਾਨ, ਸ਼੍ਰੀ ਭਗਵੰਤ ਸਿੰਘ ਜੀ ਮਾਨ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਮਿਹਰਬਾਨੀ। ਇੱਕੋ ਘੱਟ ਕਰਦਾ, ਇੱਕੋ ਘੱਟ ਕਰਦਾ, ਪਹਿਲਾਂ ਮੈਂ ਇਹੀ ਕੰਮ ਕਰਦਾ ਰਿਹਾ। ਠੱਠੀ ਭਾਈ ਨਗਰ ਦੀ ਸਾਰੀ ਸਾਧ ਸੰਗਤ, ਆਲੇ ਦੁਆਲੇ ਦੇ ਪਿੰਡਾਂ ਤੋਂ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ, ਮਾਵਾਂ ਭੈਣਾਂ ਬੈਠੀਆਂ ਨੇ, ਛੋਟੇ ਛੋਟੇ ਬੱਚੇ ਵੀ ਆਏ ਹੋਏ ਨੇ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ, ਵਾਹਿਗੁਰੂ ਜੀ ਕਾ ਖਾਲਸਾ। ਮੈਂ ਇੱਥੇ ਕੋਈ ਭਾਸ਼ਣ ਦੇਣ ਨਹੀਂ ਆਇਆ, ਮੈਂ ਕੋਈ ਰੈਲੀ ਕਰਨ ਨਹੀਂ ਆਇਆ, ਮੈਂ ਕੋਈ ਲਾਰੇ ਲਾਉਣ ਨਹੀਂ ਆਇਆ, ਮੈਂ ਝੂਠੇ ਸੁਪਨੇ ਦਿਖਾਉਣ ਨਹੀਂ ਆਇਆ, ਮੈਂ ਤੁਹਾਡੇ ਨਾਲ ਗੱਲਾਂ ਕਰਨ ਆਇਆ। ਅਤੇ ਗੱਲਾਂ ਵੀ ਕੋਈ ਓਪਰੀਆਂ ਜਾਂ ਬਗਾਨੀਆਂ ਨਹੀਂ ਹੈਗੀਆਂ, ਗੱਲਾਂ ਵੀ ਉਹੀ ਨੇ ਜਿਹੜੀਆਂ ਤੁਸੀਂ ਹਰ ਰੋਜ਼ ਚੁੱਲ੍ਹੇ ਮੂਹਰੇ ਬਹਿ ਕੇ ਕਰਦੇ ਹੋ, ਸੱਥ 'ਚ ਬਹਿ ਕੇ ਕਰਦੇ ਹੋ, ਖੇਤ ਵੱਟਾਂ 'ਤੇ ਬਹਿ ਕੇ ਕਰਦੇ ਹੋ, ਗੱਲਾਂ ਵੀ ਉਹੀ ਨੇ ਕਿ ਹੁਣ ਬਣੂਗਾ ਕੀ ਮੇਰੇ ਪਰਿਵਾਰ ਦਾ ਅਤੇ ਮੇਰੇ ਪੰਜਾਬ ਦਾ। ਜੇ ਤਾਂ ਪੰਜਾਬ ਦਾ ਕੁਛ ਬਣੂਗਾ ਤਾਂ ਪਰਿਵਾਰ ਦਾ ਬਣ ਜੂਗਾ, ਜੇ ਪੰਜਾਬ ਰੁੜੂਗਾ ਤਾਂ ਫਿਰ ਪਰਿਵਾਰ ਵੀ ਰੁੜੂਗਾ ਨਾਲ ਹੀ, ਔਰ ਰੁੜੀ ਜਾਂਦਾ। ਮਤਲਬ ਕੋਈ ਬਾਲੀ ਵਾਰਸੀ ਨਹੀਂ ਸਾਡਾ ਯਾਰ, 15 ਦਿਨਾਂ ਵਾਸਤੇ ਆਪਣਾ ਰਾਜਾ, ਸੋ ਕਾਲਡ ਮੁੱਖ ਮੰਤਰੀ, ਇੰਗਲੈਂਡ, ਹਜੇ ਇੰਗਲੈਂਡ ਨਹੀਂ ਪਹੁੰਚਿਆ, ਪਹਿਲੇ 7 ਦਿਨ ਸ਼ਿਕਾਰ ਖੇਡਣਗੇ ਸਾਊਥ ਅਫਰੀਕਾ 'ਚ। ਹਾਂ, ਫੋਟੋ ਦਿਖਾਉਂਦਾ ਮੈਂ ਤੁਹਾਨੂੰ, ਮੇਰੇ ਬੰਦੇ ਮੂਹਰੇ ਖੜੇ ਨੇ ਇੱਥੇ, ਸ਼ਿਕਾਰ ਖੇਡ ਰਿਹਾ। ਇੱਕ ਚਿੜੀ ਦੇ ਪੰਜੇ ਜਿੱਡਾ ਸੂਬਾ ਹੈ, ਉਹਦਾ ਮੁੱਖ ਮੰਤਰੀ 15 ਦਿਨ ਵਾਸਤੇ ਬਾਹਰ ਚਲਾ ਜਾਵੇ, ਕੌਣ ਚਾਹੁੰਦਾ ਸੂਬਾ ਹੁਣ? ਫਿਰ ਹੁਣ ਸੂਬੇ ਦਾ ਮਾਲਕ ਕੌਣ ਹੈ? ਫਿਰ ਕੋਈ ਵੀ ਨਹੀਂ, ਕਿਸੇ ਨੂੰ ਲਾ ਕੇ ਵੀ ਨਹੀਂ ਗਿਆ। ਪ੍ਰਧਾਨ ਮੰਤਰੀ ਤੀਜੇ ਦਿਨ ਮੁੜਿਆ ਆਉਂਦਾ ਯਾਰ, ਹੁਣ ਮਾਲਕ ਕੌਣ ਹੈ ਜੀ ਸੂਬੇ ਦਾ? ਲਾ ਵਾਰਿਸ ਆਪਾਂ ਸਾਰੇ, ਆਪਾਂ ਨੂੰ ਕਿਸਮਤ ਤੇ ਛੱਡ ਦਿੱਤਾ ਗਿਆ, ਮਰੋ ਖਪੋ। ਕੋਈ ਕਿਤੇ ਬੰਦਾ ਵੱਢੀ ਜਾਂਦਾ, ਕੋਈ ਪਲਾਸ ਨਾਲ ਨੋਚ ਨੋਚ ਕੇ ਉਹ ਚੰਗਾਲੀ ਵਾਲੇ ਵਾਲਾ ਮੁੰਡਾ ਮਾਰਦਾ, ਉੱਤੇ ਤੇਜ਼ਾਬ ਪਾ ਪਾ ਕੇ ਕਿਹਦੇ ਨਾਲ ਗੱਲ ਕਰੀਏ ਜੀ? ਕਹਿੰਦੇ ਜੀ ਸੀਐਮ ਸਾਹਿਬ ਹੈ ਨਹੀਂ, ਫਿਰ ਆ ਗਏ ਨਾ ਵਾਪਸ ਇੱਥੇ, ਫਿਰ ਉਹ ਸੀਐਮ ਬਣਨ ਦਾ ਇੰਨਾ ਹੀ ਚਾਹ ਸੀਗਾ। ਜਦੋਂ 2.5 ਸਾਲ ਹੋ ਗਏ ਘਰੋਂ ਨਿਕਲੇ, ਜਦੋਂ ਨਿਕਲਦਾ ਪਹਾੜਾਂ ਨੂੰ ਜਾਂਦਾ, ਮੈਦਾਨੀ ਇਲਾਕੇ 'ਚ ਤਾਂ ਆਉਂਦਾ ਹੀ ਨਹੀਂ। ਕੋਈ ਗੱਲ ਨਹੀਂ, ਕੋਈ ਅਬ ਹਵਾਏ ਹੀ ਕਰੇਗੀ ਰੋਸ਼ਨੀ ਕਾ ਫੈਸਲਾ। ਪ੍ਰੋਫੈਸਰ ਸਾਹਿਬ ਨਵਾਂ ਸ਼ੇਰ, ਅਬ ਹਵਾਏ ਹੀ ਕਰੇਗੀ ਰੋਸ਼ਨੀ ਕਾ ਫੈਸਲਾ, ਜਿਸ ਦੀਏ ਮੇਂ ਜਾਨ ਹੋਗੀ ਵੋ ਬਚ ਜਾਏਗਾ।
ਜਿਹੜੇ ਦੀਵੇ ਚ ਜਾਨ ਹੋਊਗੀ ਉਹ ਬਚੂਗਾ, ਹੁਣ ਹੁਣ ਨੇੜੀਆਂ ਝੁੱਲਣਗੀਆਂ ਇੱਥੇ। ਹਾਂ ਕੋਈ ਗੱਲ ਹੈ, ਪੰਜਾਬ ਇੰਨਾ ਉਦਾਸ ਕਦੇ ਦੇਖਿਆ ਹੀ ਨਹੀਂ ਗਿਆ ਸੀ ਜਿੰਨਾ ਅੱਜ ਉਦਾਸ ਆ। ਮਹਿੰਗਾਈ ਨੇ ਮਾਰਤੇ, ਗਰੀਬੀ ਨੇ ਮਾਰਤੇ, ਕੈਂਸਰ ਨੇ ਮਾਰਤੇ, ਮਾਫੀਏ ਨੇ ਮਾਰਤੇ, ਚੁੱਲ੍ਹਿਆਂ ਦੀ ਅੱਗ ਬੁਝਦੀ ਜਾਂਦੀ ਹੈ, ਸਿੱਧਿਆਂ ਦੀ ਅੱਗ ਠੰਡੀ ਹੋਣ ਦਾ ਨਾਂ ਨਹੀਂ ਲੈਂਦੀ। ਜਿਹੜੇ ਸੂਬੇ ਚ ਜਿਹੜੀ ਜਿਹੜੇ ਮੁਲਕ ਚ ਸਿਵਿਆਂ ਦੀ ਅੱਗ ਉੱਚੀ ਹੋਵੇ ਤੇ ਚੁੱਲ੍ਹਿਆਂ ਦੀ ਅੱਗ ਥੱਲੇ ਹੋਵੇ, ਇਹ ਨਲਾਇਕ ਸਰਕਾਰਾਂ ਦੀ ਨਿਸ਼ਾਨੀ ਹੈ। ਪੰਜਾਬ ਹੋਰ ਕੀ ਹੋ ਰਿਹਾ, ਪੰਜਾਬ ਚ ਕੀ ਹੋ ਰਿਹਾ? ਫਿਰ ਸਿਵੇ ਹਰ ਰੋਜ਼ ਬਣ ਰਹੇ ਨੇ, ਚੁੱਲ੍ਹੇ ਬੁਝ ਰਹੇ ਨੇ। ਸਭ ਤੋਂ ਵੱਡਾ ਭਾਰ ਮੰਨਿਆ ਗਿਆ ਜੀ ਧਰਤੀ ਤੇ ਪਿਓ ਦੇ ਮੋਢੇ ਤੇ ਪੁੱਤ ਦੀ ਅਰਥੀ। ਅੱਜ ਵੀ ਅੱਜ 22 ਤਰੀਕ ਨੂੰ ਅੱਜ ਵੀ ਪਤਾ ਨਹੀਂ ਕਿੰਨੇ ਬਦਨਸੀਬ ਪਿਓ ਇਹ ਭਾਰ ਢੋਕੇ ਆਏ ਹੋਣਗੇ ਪੰਜਾਬ 'ਚ, ਟੀਕਿਆਂ ਨਾ ਮਰ ਕੇ। ਰੋਜ਼ ਤਾਂ ਖਬਰਾਂ ਪੜ੍ਹਦੇ ਹਾਂ ਅੰਨਦਾਤਾ ਆਤਮ ਹੱਤਿਆ ਕਰ ਰਿਹਾ, ਕਮਾਲ ਹੈ ਯਾਰ। ਮੈਂ ਕੱਲ ਪਾਰਲੀਮੈਂਟ 'ਚ ਮੈਂ ਬੋਲਿਆ ਯਾਰ, 150 ਮਣ ਪੈਦਾ ਕਰ ਦਿੰਦੇ ਹਾਂ ਅਸੀਂ ਇੱਕ ਸਾਲ 'ਚ ਦਾਣੇ, 90 ਮਣ ਜੀਰੀ, 60 ਮਣ ਕਣਕ, 150 ਮਣ ਦੁਨੀਆ ਦੀ ਕੋਈ ਧਰਤੀ ਨਹੀਂ ਪੈਦਾ ਕਰਦੀ ਜੀ। 150 ਮਣ ਵਾਲੇ ਭੁੱਖੇ ਮਰੀ ਜਾਂਦੇ ਆ, 20-25 ਮਣ ਵਾਲੇ ਮੌਜਾਂ ਕਰੀ ਜਾਂਦੇ ਨੇ। ਕਿਉਂ ਵੀ ਭੱਜੀ ਜਾਂਦੇ ਆ ਅਸ ਤਾਂ 100 ਸਾਲ ਹੋ ਗਿਆ ਜੀ। ਆ ਗੱਲ ਸੁਣ ਲਿਓ ਜਨਾਬ, ਵੋਟਾਂ ਪਾਇਓ ਭਾਵੇਂ ਨਾ ਪਾਇਓ, ਜਿਹਨੂੰ ਮਰਜ਼ੀ ਪਾ ਦਿਓ, 100 ਸਾਲ ਹੋ ਗਿਆ ਜੀ ਜਲਿਆਂ ਵਾਲੇ ਬਾਗ ਨੂੰ। 1919 ਚ ਹੋਇਆ ਸੀ, ਅੱਜ 2019 ਚ ਆਪਾਂ ਉੱਥੇ ਗਏ ਸੀ। ਕੌਣ ਸੀ ਉਹ? ਉਸ ਵੇਲੇ ਦੇ ਨੌਜਵਾਨ ਸੀ, ਸਾਡੇ ਬਜ਼ੁਰਗ ਨੇ ਹੁਣ ਤਾਂ ਉਹ ਕੀ ਕਰਨ ਗਏ ਸੀ ਉੱਥੇ? ਉਹ ਉੱਥੇ ਸਲਾਹਾਂ ਕਰਨ ਗਏ ਸੀ ਵੀ ਗੋਰਿਆਂ ਨੂੰ, ਇੰਗਲੈਂਡ ਵਾਲਿਆਂ ਨੂੰ ਕਿਵੇਂ ਆਪਣੇ ਮੁਲਕ ਚੋਂ ਕੱਢੀਏ। ਤੇ ਉਹਨਾਂ ਨੂੰ ਪਤਾ ਲੱਗ ਗਿਆ, ਉਹਨੇ ਥਾੜ ਥਾੜ ਗੋਲੀਆਂ ਮਾਰ ਕੇ ਮਾਰਤਾ 2000 ਬੰਦਾ। 100 ਸਾਲਾਂ ਬਾਅਦ ਅੱਜ ਉਹਨਾਂ ਦੀ ਆਤਮਾ ਤੜਫਦੀ ਹੋਊਗੀ, ਕਿਉਂਕਿ 100 ਸਾਲਾਂ ਬਾਅਦ ਅੱਜ ਵੀ ਸਾਡੇ ਨੌਜਵਾਨ ਪਾਰਕਾਂ 'ਚ ਇਕੱਠੇ ਹੁੰਦੇ ਨੇ, ਫਸਲਾਂ ਕੀ ਕਰਦੇ ਨੇ, ਗੋਰਿਆਂ ਕੋਲੇ ਕਿਵੇਂ ਪਹੁੰਚਿਆ ਜਾਵੇ। ਪਹਿਲਾਂ ਉਹਨਾਂ ਨੂੰ ਕੱਢਣ ਲਈ ਮਰੀ ਗਏ, ਹੁਣ ਉਹਨਾਂ ਕੋਲੇ ਪਹੁੰਚਣ ਲਈ ਤੜਫੀ ਜਾਂਦੇ ਆ। ਯਾਰ ਕੀ ਖੱਟ ਲਿਆ ਵੀ ਆਪਾਂ, ਐ ਕਰੋ ਗੁਰਦੁਆਰਾ ਸਾਹਿਬ ਦੇ ਸਪੀਕਰ 'ਚ ਅਨਾਊਂਸ ਕਰਾ ਦਿਓ ਵੀ ਠੱਠੀ ਭਾਈ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਭਾਈ ਸੂਚਨਾ ਵੀ ਦਿੰਦੇ ਹਰ ਪਿੰਡ ਨੂੰ, ਇੰਗਲੈਂਡ ਵਾਲੇ ਨੇ ਬੀਜੇ ਖੋਲਤੇ ਭਾਈ, ਜਿਹਨੇ ਜਾਣਾ ਸੱਤ 'ਚ ਪਾਸਪੋਰਟ ਫੜਾ, ਸਣੇ ਬੁੜੀਆਂ ਦੇ ਫੜਾਉਂਗੇ ਤੁਸੀਂ। ਤੇ ਉਹੀ ਇੰਗਲੈਂਡ ਵਾਲੇ ਨੂੰ ਕੱਢਣ ਲਈ ਮਰੀ ਗਏ ਯਾਰ ਪਹਿਲਾਂ, ਹੁਣ ਉਹਨਾਂ ਕੋਲੇ ਪਹੁੰਚਣ ਲਈ ਤੜਫੀ ਜਾਂਦੇ ਆ। ਫਿਰ ਕੀ ਕੱਟ ਲਿਆ? ਕੁਛ ਵੀ ਨਹੀਂ ਕੱਟਿਆ, ਕੋਈ ਯਾਦੀ ਜੁਦੀ ਨਹੀਂ ਆਈ, ਸਿਰਫ ਸੱਤਾ ਦਾ ਟ੍ਰਾਂਸਫਰ ਹੋਇਆ, ਟ੍ਰਾਂਸਫਰ ਆਫ ਪਾਵਰ। ਹੁਣ ਇਹ ਆ ਗਿਆ ਆਪਣੇ ਵਾਲੇ, ਆ ਮੋਦੀ ਆ ਗਿਆ, ਉਹ ਕਹਿੰਦੇ ਇੱਕ ਵਾਰੀ ਜਿਹੜਾ ਸੂਟ ਪਾ ਲੈਂਦਾ ਦੁਬਾਰੇ ਪਾਉਂਦਾ ਹੀ ਨਹੀਂ, ਅਸੀਂ ਜਿਹੜਾ ਇੱਕ ਵਾਰੀ ਪਾ ਲਈਏ ਦੁਬਾਰੇ ਲਾਉਂਦੇ ਹੀ ਨਹੀਂ। ਹੋਰ ਆਈ ਨੀ, ਹੋਰ ਕਰੀ ਦੀ ਤੁਸੀਂ ਕਦੇ ਮੋਦੀ ਤੇ ਅਮਿਤ ਸ਼ਾਹ ਦੀ ਤੋਰ ਦੇਖੀ ਹੈ ਤੋਰ ਟੀਵੀ ਤੇ?
ਚਲੋ ਅਸੀਂ ਤਾਂ ਨੇੜੇ ਰਹਿੰਦੇ ਨਾਲ ਰਹਿੰਦੇ ਹਾਂ ਉਹਨਾਂ ਦੇ, ਤੋੜ ਤੋੜ ਦੇ ਵਿੱਚ ਡਿਕਟੇਟਰਸ਼ਿਪ ਹੈ, ਤਾਨਾਸ਼ਾਹੀ, ਐਂ ਤੁਰਦੇ ਆ। ਇੱਕ ਦਿਨ ਮੋਦੀ ਮੇਰੇ ਵੱਲੋਂ ਐਂ ਆਵੇ, ਮੈਂ ਕਿਹਾ ਕਬੱਡੀ ਪਾਉਣਾ ਨਾ, ਆਰਾਮ ਨਾਲ ਆਰਾਮ ਨਾਲ ਥੋੜਾ ਚੱਲਦੇ ਆ ਨਾ, ਡਿਕਟੇਟਰਸ਼ਿਪ ਕਰਦੇ ਐ, ਐ ਕਰ ਦਿਆਂਗੇ ਇਹਨੂੰ, ਐ ਕਰ ਦਿਆਂਗੇ, ਹੁਣ ਤੁਸੀਂ ਐ ਨਾ ਕਰੋ, ਹੁਣ ਤੁਸੀਂ ਆ ਕਰੋ। ਲੋਕ ਰੋਟੀ ਪਾਲੀ ਜਾਂਦੇ ਆ, ਕਹਿੰਦੇ ਮੰਦਿਰ ਬਣਾਵਾਂਗੇ, ਕਹਿੰਦੇ ਜੀ ਬੁਲਟ ਟ੍ਰੇਨ ਲੈ ਕੇ ਆਵਾਂਗੇ, ਠੱਠੀ ਪਾਈ ਵਾਲੇ ਜਿਹੜੀ ਬੁਲਟ ਟ੍ਰੇਨ ਹੈ ਨਾ, ਇਹ ਉਸ ਮੁਲਕ ਉਸ ਸਮਾਜ ਦੇ ਵਿੱਚ ਬਹੁਤ ਵਧੀਆ ਲੱਗਦੀ ਹੈ ਜਿੱਥੇ ਕਿਸੇ ਕੋਲ ਟਾਈਮ ਹੀ ਹੈ ਨਹੀਂ। ਜਪਾਨ ਵਾਲਿਆਂ ਕੋਲ ਬੁਲਟ ਟ੍ਰੇਨ ਹੈ, ਉੱਥੇ ਟਾਈਮ ਹੀ ਹੈ ਨਹੀਂ ਕਿਸੇ ਕੋਲ, ਪਹਿਲਾਂ ਪੜਥੇ ਉੱਠ ਕੇ 4 ਵਜੇ ਪਹਿਲੀ ਸ਼ਿਫਟ 'ਤੇ ਜਾਂਦੇ ਨੇ, ਫਿਰ ਦੂਜੀ ਸ਼ਿਫਟ 'ਤੇ ਜਾਂਦੇ ਨੇ, ਫਿਰ ਇੱਧਰ ਨੂੰ ਜਾਣਾ ਹੈ, ਜਿੱਥੇ ਟਾਈਮ ਬਚਾਉਣਾ ਹੋਵੇ ਮਤਲਬ ਉੱਥੇ ਬੁਲਟ ਟ੍ਰੇਨ ਹੈ। ਸਾਡੇ ਕੋਲ ਟਾਈਮ ਹੀ ਟਾਈਮ ਹੈ, ਹੋਰ ਹੈ ਕੀ ਸਾਡੇ ਕੋਲ, ਸਾਨੂੰ ਬੁਲਟ ਟ੍ਰੇਨ ਦੀ ਕੀ ਲੋੜ ਹੈ। ਸਾਡੇ ਤਾਂ ਇੱਥੇ ਇੱਕ JCB ਚਲਾ ਲਓ ਠੱਠੀ ਭਾਈ, ਜਾਂ 150 ਬੰਦਾ 2-3 ਘੰਟੇ JCB ਦੇਖੀ ਜਾਊ, ਉਹ ਸਾਨੂੰ ਰੋਜ਼ਗਾਰ ਦੇ ਦਿਓ, ਅਸੀਂ ਬੁਲਟ ਟ੍ਰੇਨ ਤੋਂ ਕੀ ਕਰਾਉਣਾ ਹੀ ਆ। 2-3 ਘੰਟਾ JCB ਦੇਖੀ ਜਾਂਦੇ ਅਸੀਂ ਯਾਰ, ਸੱਚੀਆਂ ਨੇ, ਤਾੜੀਆਂ ਮਾਰ ਕੇ ਰੱਖੋ ਫਿਰ। ਸੋ ਵੀਰੋ ਉਹ ਬੁਲਟ ਟ੍ਰੇਨ ਦੀ ਸਾਨੂੰ ਲੋੜ ਨਹੀਂ, ਸਾਨੂੰ ਨੌਕਰੀ ਦੇ ਦਿਓ ਜਨਾਬ, ਸਾਨੂੰ ਕੰਮ ਦੇ ਦਿਓ। ਕਹਿੰਦੇ ਝੋਲੀ ਕਰੋ, ਆਟਾ ਪਾਵਾਂਗੇ ਅਤੇ ਦਾਲ ਪਾਵਾਂਗੇ। ਮੈਂ ਕਹਿੰਦਾ ਕੰਮ ਦੇ ਦਿਓ ਸਾਨੂੰ, ਅਸੀਂ ਆਟਾ ਦਾਲ ਆਪ ਕਮਾ ਲਾਂਗੇ। ਨਾ, ਕਹਿੰਦੇ ਨਾ, ਝੋਲੀ ਕਰੋ, ਭਿਖਾਰੀ ਬਣਾਉਂਦੇ ਸਾਨੂੰ ਯਾਰ ਇਹ, ਕੰਮ ਦਿਓ ਨਾ ਸਾਨੂੰ। ਨਾ ਜੀ, ਆਟਾ ਦਾਲ ਦੇਵਾਂਗੇ ਤੁਹਾਨੂੰ, ਭਿਖਾਰੀ ਬਣਾਵਾਂਗੇ ਤੁਹਾਨੂੰ, ਕਿਉਂਕਿ ਆਟਾ ਦਾਲ ਵੋਟਾਂ ਵੇਲੇ ਕੰਮ ਆਉਂਦਾ। ਜਥੇਦਾਰ ਜਿਹੜੇ ਇਹਨਾਂ ਦੇ ਅਕਾਲੀ ਦਲ ਦੇ ਜਾਂ ਉਹ ਫਿਰ ਗਰੀਬਾਂ ਦੇ ਵਿਹੜਿਆਂ 'ਚ ਵੋਟਾਂ ਵੇਲੇ ਕਹਿੰਦੇ ਫਿਰਦੇ ਹੁੰਦੇ ਨੇ, ਦੇਖਿਓ ਭਾਈ ਕਿਤੇ ਹੋਰ ਪਾਰਟੀ ਨੂੰ ਵੋਟ ਪਾ ਕੇ ਆਪਦਾ ਆਟਾ ਦਾਲ ਨਾ ਬੰਦ ਕਰਾ ਲਿਓ ਭਾਈ, ਜੇ ਨੌਕਰੀ ਮਿਲ ਜਾਏ ਕਹਿ ਨਹੀਂ ਸਕਦੇ ਹੋ, ਠੀਕ ਹੈ ਨਾ, ਐਂ ਕਰਦੇ ਇਹ, ਵਰਤਦੇ ਆਪਾਂ ਨਹੀਂ ਆਪਣੀ ਗਰੀਬੀ, ਵਰਤਦੇ ਆਪਣੀ। ਉਹ ਵੱਡਾ ਬਾਦਲ, ਚਲੋ ਬਜ਼ੁਰਗਾਂ ਦੀ ਥਾਂ ਤੇ ਹੈ, ਐਡਾ ਖਚਰਾ ਬੁੜਾ ਹੈ ਬਈ, ਉਹ ਸਾਹਮਣੇ ਖੜੇ ਬੰਦੇ ਨੂੰ ਵੇਚ ਜਾਂਦਾ, ਉਹ ਬੰਦੇ ਨੂੰ ਨੀ ਪਤਾ ਲੱਗਦਾ ਮੇਰਾ ਸੌਦਾ ਕਰੀ ਜਾਂਦਾ ਯਾਰ। ਨਹੀਂ ਜੀ ਮੈਨੂੰ ਤਾਂ ਪਤਾ ਨੀ ਜੀ, ਹੈ ਜੀ, ਅੱਛਾ ਜੀ, ਐ ਜੀ, ਲੈ ਸਾਰਾ ਕੁਝ ਪਤਾ ਨਾਲੇ। ਚਲੋ ਲਾਤ ਤਾਂ ਖੈਰ ਤੁਹਾਨੂੰ ਪਤਾ ਹੀ, ਮੰਦ ਬੁੱਧੀ ਨਿਕਲੇ ਹੀ। ਸੁਖਬੀਰ ਬੰਦ ਤਾਂ ਮੰਦ ਬੁੱਧੀ ਨੂੰ ਤਾਂ ਪੁੱਛ ਕੁਛ ਵੀ ਕਰਨ ਦਾ ਬਚਾਰਾ, ਉਹਦਾ ਗੁੱਸਾ ਨਾ ਕਰਿਆ ਕਰੋ ਤੁਸੀਂ, ਚੱਲ ਰੋੜੇ ਰੋੜੇ ਤਾਂ ਨਹੀਂ ਮਾਰਦਾ ਕਿਸੇ ਦੇ। ਇਹਨਾਂ ਨੂੰ ਇਹੋ ਜਿਹਾ ਭੁਮੱਕੜ ਟੱਕਰਿਆ ਨੀ ਸੀ ਪਹਿਲਾਂ ਕੋਈ, ਅੱਜ ਤਾਂ
ਮੱਕੜਾਂ ਬਲਮ ਭਾਲਦੇ ਫਿਰਦਿਆਂ, ਜਿੱਥੇ ਵੱਡਾ ਬਲਮ ਤੇ ਆ ਗਿਆ ਵਿੱਚ ਵੱਜਦਿਆਂ ਬਲਮ ਫਿਰੋਜ, ਉਹ ਪੈਟੀ ਸਿਆੜਾ ਫਿਰੋਜ ਕੀਤਾ ਸੰਗਰੂਰ। ਪਿਓ ਪੁੱਤ ਦੋਨੀ ਹਰਾਤੇ ਦੋ ਸਾਲ ਦੋ ਵਾਰੀ ਚ। ਚਲੋ ਸਤਿ ਸ਼੍ਰੀ ਅਕਾਲ। ਅੱਛਾ ਪਹਿਲਾਂ ਪਹਿਲਾਂ ਪਤਾ ਕੀ ਸੀ, ਕਹਿੰਦੇ ਭਗਵੰਤ ਮਾਨ ਨੂੰ ਤਾਂ ਸੁਣਨ ਆਉਂਦੇ ਨੇ, ਦੇਖਣ ਆਉਂਦੇ ਨੇ। ਜਦੋਂ 2.25 ਲੱਖ ਤੇ ਹਾਰ ਗਈ ਫਿਰ ਕਹਿੰਦੇ ਅੱਛਾ ਵੋਟਾਂ ਵੀ ਪਾਉਂਦੇ ਨੇ, ਯਕੀਨ ਹੋਇਆ ਪਹਿਲਾਂ ਮੰਨਦੀ ਨੀ ਸੀ। ਸੋ ਵੀਰੋ ਇਹਨਾਂ ਤੋਂ ਬਚੋ ਦੋਨਾਂ ਤੋਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਗਈ ਬਰਗਾੜੀ, ਕੋਈ ਜਾਂਚ ਹੋਈ, ਕੋਈ ਸਜ਼ਾ ਮਿਲੀ? ਪਹਿਲਾਂ ਉਹਨੇ ਕੱਢਤਾ, ਹੁਣ ਇਹਨੇ ਕੱਢਤਾ, 3-4 ਸਾਲ ਹੋ ਗਏ। ਕੋਈ ਬੰਦਾ ਤਾਂ ਯਾਰ ਸਾਡਾ ਬਾਪ ਹੈ, ਉਹ ਸਾਡਾ ਪਿਓ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ। ਸਾਡਾ ਬਾਪ ਜੇ ਸਾਡੇ ਘਰੀ ਸੁਰੱਖਿਅਤ ਨਹੀਂ ਹੈਗਾ, ਫਿਰ ਬਾਹਰ ਦੀ ਕੀ ਅਸੀਂ ਉਮੀਦ ਕਰਾਂਗੇ? ਸਜ਼ਾ ਤਾਂ ਕਿਸੇ ਨੂੰ ਮਿਲੇ, ਕੋਈ ਤਾਂ ਹੋਊਗਾ। ਸਰਕਾਰਾਂ ਕੋਲ ਏਡੀਆਂ ਵੱਡੀਆਂ ਏਜੰਸੀਆਂ, ਜੇ ਉਹ ਸਾਰਾ ਕੁਝ ਲੱਭ ਲੈਂਦੇ ਯਾਰ, ਉਹਦਾ ਤਾਂ ਲੱਭ ਲਓ। ਕੋਈ ਨਹੀਂ ਲੱਭਦੇ, ਕੈਪਟਨ ਸਾਹਿਬ ਵੀ ਮਿਲੇ ਹੋਏ ਨੇ, ਕਿਉਂਕਿ ਬਾਦਲ ਸਾਹਿਬ ਜਾਂਦੇ ਜਾਂਦੇ 3 ਮਹੀਨੇ ਪਹਿਲਾਂ ਕੈਪਟਨ ਤੋਂ ਸਾਰੇ ਕੇਸ ਵਾਪਸ ਲੈ ਗਏ। ਕਹਿੰਦੇ ਹੁਣ ਤੂੰ ਆ ਜਾ, ਤੂੰ ਮੈਨੂੰ ਕੁਛ ਨਾ ਕਹੀਂ, ਐਂ ਰਲੇ ਹੋਏ ਨੇ। ਸਜ਼ਾ ਮਿਲੂਗੀ ਠੱਠੀ ਭਾਈ ਵਾਲੇ, ਉਦਾਸ ਹੋਣ ਦੀ ਲੋੜ ਨਹੀਂ ਹੈਗੀ, ਸਜ਼ਾ ਮਿਲੂਗੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ। ਪਰ ਸਜ਼ਾ ਦੇਊਗਾ ਕੌਣ? ਆਪ ਹੀ ਦੇਊਗਾ ਉਹ ਗੁਰੂ, ਜਿਹੜਾ ਸਾਡੀ ਰੱਖਿਆ ਕਰਨੀ ਜਾਣਦਾ ਨਾ, ਉਹ ਆਪਦੀ ਰੱਖਿਆ ਕਰਨੀ ਵੀ ਜਾਣਦਾ। ਫਿਰ ਸਜ਼ਾ ਮਿਲੂ, ਆ ਸਜ਼ਾ ਹੀ ਹੈ, ਮਿਲ ਰਹੀ ਹੈ। ਉਹਦੀ ਸੋਟੀ ਜਦੋਂ ਚੱਲਦੀ ਹੈ ਉਹਦੇ ਖੜਕਾ ਨਹੀਂ ਹੁੰਦਾ, ਸਜ਼ਾ ਹੀ ਹੈ। ਸੁਖਬੀਰ ਬਾਦਲ ਜਿਹੜਾ ਕਹਿੰਦਾ ਸੀ ਰਾਜ ਕਰਾਂਗੇ 25 ਸਾਲ, 13-10 ਟਿਕਟਾਂ ਦੇਣ ਨੂੰ ਬੰਦੇ ਨਹੀਂ ਥੇ, 10 ਟਿਕਟਾਂ। 3 ਤਾਂ ਭਾਜਪਾ ਲੜਦੀ ਹੈ ਨਾ, 13 ਚੋਂ ਫਰੀਦਕੋਟ ਦਾ ਇੱਕ, ਫਰੀਦਕੋਟ ਜਿਹੜੀ ਕੰਸਟੀਚੁਐਂਸੀ ਤੁਹਾਡਾ ਪਿੰਡ ਹੈ ਉਹਦੇ ਚ ਪੈਂਦਾ ਹੈ, ਫਰੀਦਕੋਟ ਅਕਾਲੀ ਦਲ ਦਾ ਗੜ ਮੰਨਿਆ ਗਿਆ। ਇੱਥੋਂ ਇੱਕ ਵੀ ਬੰਦਾ ਤਿਆਰ ਨਹੀਂ ਹੋਇਆ ਲੜਨ ਵਾਸਤੇ ਲੋਕ ਸਭਾ। ਉਹ ਕਹਿੰਦੇ ਬਰਗਾੜੀ ਪੈਂਦਾ ਭਾਈ ਵਿੱਚ, ਖਿੱਲਾਂ ਖਾਣ ਨੂੰ ਬਾਂਦਰੀ, ਡੰਡੇ ਖਾਣ ਨੂੰ ਰਿੱਛ। ਕਹਿੰਦੇ ਸਾਡੇ ਪੈਣ, ਅਸੀਂ ਕਿਉਂ ਪੰਗਾ ਲਈਏ ਬਈ? ਚੱਕ ਕੇ ਉਧਰੋਂ ਰਣੀ ਕੇ ਲਿਆਉਣਾ ਪੈ ਗਿਆ ਬਾਰਡਰ ਤੋਂ, ਇੱਥੋਂ ਦਾ ਬੰਦਾ ਨਹੀਂ ਮੰਨਿਆ ਕੋਈ। ਇਹ ਸਜ਼ਾ ਹੀ ਹੈ। ਤੇ ਸਾਡੇ ਵਾਲੇ ਪਾਸੇ ਦੇਖ ਲਓ, ਵੱਡੇ ਢੀਂਡਸੇ ਨੇ ਕਹਿਤਾ, ਸੁਖਦੇਵ ਸਿੰਘ ਢੀਂਡਸੇ ਨੇ, ਵੀ ਮੈਂ ਨਹੀਂ ਲੜਦਾ। ਉਹਨੇ ਆਪਦੇ ਮੁੰਡੇ ਨੂੰ ਵੀ ਕਹਿਤਾ, ਪਰਮਿੰਦਰ ਸਿੰਘ ਤੂੰ ਮੈਨੂੰ ਲੜੀ, ਬੱਦਲ ਬਾਈ ਠੀਕ ਨਹੀਂ ਹੈਗੀ ਅੱਜ। ਆ ਮੰਦ ਬੁੱਧੀ ਬੱਚਾ ਉਹਦਾ ਸੁਖਬੀਰ ਬਾਦਲ, ਉਹਨੇ ਭਰ ਭਰ ਕੇ ਪੰਪ ਭਰ ਭਰ ਕੇ ਪੰਪ ਪਰਮਿੰਦਰ ਢੀਂਡਸੇ ਨੂੰ ਕਹਿੰਦਾ, ਬੁੜਿਆਂ ਦੀ ਨਹੀਂ ਮੰਨਦੇ ਹੁੰਦੇ, ਮੈਂ ਕਿਹੜਾ ਹਫਿਆਲ ਦੀ ਮੰਨਦਾ। ਉਹ ਚੱਕ ਕੇ ਉਹ ਵੀ ਹਰਾ ਕੇ ਰੱਖਦਾ, ਉਹ ਹਰਾ ਕੇ ਰੱਖਦਾ। ਬਸ ਇੱਕੋ ਹੀ ਰਹਿ ਗਿਆ ਸੀ ਉਹਨੇ ਟੱਬਰ ਜਿਹੜਾ ਹਾਰਿਆ ਨਹੀਂ ਸੀ ਕਦੇ, ਉਹ ਵੀ ਹਰਾ ਦਾ। ਆ ਹਾਲਤ ਹੈ ਨਾ ਦੀ, ਇਹ ਸਜ਼ਾ ਹੀ ਹੈ, ਆ ਸਜ਼ਾ ਹੀ ਹੈ। ਦੇਖੋ ਜਦੋਂ ਵੀ ਕਦੇ ਮੇਰੇ ਸਾਹਮਣੇ ਮੇਰੇ ਦਾਦੇ ਦੀ ਉਮਰ ਦੇ, ਮੇਰੇ ਬਾਪੂ ਦੀ ਉਮਰ ਦੇ ਬਜ਼ੁਰਗ ਬੈਠੇ ਨੇ, ਸਿਆਣੇ ਬੈਠੇ ਨੇ, ਜਦੋਂ ਵੀ ਕਿਤੇ ਬਾਦਲ ਪਰਿਵਾਰ ਤੇ ਨਾ ਕੋਈ ਸੰਕਟ ਆਉਂਦਾ ਹੈ, ਉਹ ਧਰਮ ਦਾ ਸਹਾਰਾ ਲੈਂਦੇ ਆ। ਇਹ ਕੋੜ ਕਿੱਲੀ ਵਰਗੇ ਨੇ, ਕੋੜ ਕਿੱਲੀ ਸਾਰੀ ਰਾਤ ਮੱਕੜ ਮੱਛਰ ਮੁੱਛਰ ਖਾਈ ਜਾਂਦੀ ਹੈ, ਜੋ ਦਿਨ ਚੜ੍ਹਦਾ ਗੁਰੂ ਸਾਹਿਬ ਦੀ ਫੋਟੋ ਦੇ ਓਲੇ ਲੁੱਕ ਜਾਂਦੀ ਹੈ, ਰਾਤ ਨੂੰ ਫੇਰ ਨਿਕਲ ਆਉਂਦੀ।
ਬਿਲਕੁਲ ਐਂ ਕਰਦੇ ਸੋਚ ਲਓ। ਜਦੋਂ ਪੰਗਾ ਜਿਹਾ ਪੈ ਗਿਆ ਵੀ ਲੋਕ ਪਿੰਡਾਂ ਚ ਗਾਲਾਂ ਕੱਢਣ ਲੱਗ ਗਏ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ, ਇਹਨਾਂ ਟੱਬਰ ਨੇ ਸੋਚਿਆ ਵੀ ਚਲੋ ਫਿਰ ਉੱਥੇ ਸੇਵਾ ਸੂ ਵੀ ਕਰ ਲੈਂਦੇ ਹਾਂ, ਉੱਥੇ ਜਾ ਕੇ ਭਾਂਡੇ ਭੁੰਡੇ ਮਾਂਜ ਕੇ ਦੇਖ ਲੈਂਦੇ ਹਾਂ, ਜੁੱਤੇ ਜਾ ਕੇ ਸਾਫ਼ ਕਰਕੇ ਦੇਖ ਲੈਂਦੇ ਹਾਂ ਦਰਬਾਰ ਸਾਹਿਬ ਜੇ ਗੱਲ ਜੀ ਬਣ ਜੇ। ਵੱਡੇ ਬੁੜੇ ਨੂੰ ਵੀ ਲੈ ਗਏ, ਬਣਾ ਕੇ ਲੈ ਗਏ ਉਹਨੂੰ 92 ਸਾਲ ਦੇ ਵਿਚਾਰੇ ਬਜ਼ੁਰਗ ਨੂੰ, ਗੁੱਜੇ ਸਾਲੇ ਜੀਜੇ ਚਾਚੇ ਭਤੀਜੇ ਸਾਰੇ ਤੁਰ ਗਏ ਉੱਥੇ। ਉੱਥੇ ਵੀ ਫਿਰ ਮਜ਼ਾਕ ਹੀ ਉੱਡਿਆ ਨਾ, ਫਿਰ ਉਹ ਕਿਹੜਾ ਕਿਸੇ ਨੇ ਸੀਰੀਅਸ ਲਿਆ ਫਿਰ। ਨੱਕ ਸੁੰਨ ਮਾਰਦਾ ਨਾ ਲੱਤ ਮਾਰਦਾ, ਰੱਬ ਜਦੋਂ ਮਾਰਦਾ ਮੱਤ ਮਾਰਦਾ। ਤੇ ਫਿਰ ਮੱਤ ਹੀ ਵੱਜੀ ਹੋਈ ਸੀ ਨਾ ਸੁਖਬੀਰ ਬਾਦਲ ਦੀ, ਉਹਦੇ ਕਿਸੇ ਦੇ ਚੱਪਲਾਂ ਚੁੱਪਲਾਂ ਤੇ ਵੀ ਪਾਲਿਸ਼ ਕਰ ਗਿਆ, ਇੱਕ ਤੇ ਚਿੱਟੇ ਜੇ ਬੂਟ ਸੀ ਉਹ ਤੇ ਕਾਲੀ ਪਾਲਿਸ਼ ਫੇਰ ਗਿਆ, ਮੁੰਡਾ ਗਾਲਾਂ ਕੱਢੀ ਜਾਂਦੀ ਕਾਲੀ, ਉਹ ਤੁਹਾਡਾ ਕੱਖ ਨਾ ਰਹੇ ਮੇਰੇ ਬੂਟ ਖਰਾਬ ਕਰਕੇ ਹੋਏ। ਉਹ ਬੂਟ ਹੀ ਨੀ ਪਾ ਕੇ ਗਿਆ, ਕਹਿੰਦਾ ਮੈਂ ਤਾਂ ਛੱਡ ਦੇਣੇ ਸੀ ਇਹਨਾਂ ਦੇ ਹੱਥ ਲਾ ਕੇ, ਕਹਿੰਦਾ ਬੇਅਦਬੀ ਵਾਲੇ। ਇੱਥੇ ਅਕਾਲੀ ਦਲ ਦੇ ਵੀ ਬੈਠੇ ਹੋਣਗੇ, ਉਹਨਾਂ ਨੂੰ ਕਹਿ ਦਿਓ ਕਿ ਭਗਵੰਤ ਮਾਨ ਠੱਠੀ ਭਾਈ ਆਇਆ ਸੀ ਤੇ ਐਂ ਕਹਿ ਗਿਆ ਕਿ ਸੁਣ ਲਓ ਲੋਕਾਂ ਦਾ ਸੁਨੇਹਾ, ਤੁਹਾਡੇ ਜਿੰਨਾ ਜਿਹੜੇ ਬੂਟਾਂ ਨਾਲ ਤੁਹਾਡੇ ਹੱਥ ਲੱਗ ਜਾਣ ਲੋਕ ਉਹ ਬੂਟ ਨਹੀਂ ਪਾਉਂਦੇ, ਤੁਸੀਂ ਬੂਟ ਪਾਉਣ ਦੀ ਗੱਲ ਕਰਦੇ ਹੋ, ਬੂਟ ਨਹੀਂ ਪੈਂਦੀ, ਬਹੁਤ ਹੋ ਗਿਆ ਹੁਣ। ਬਾਬੇ ਨਾਨਕ ਦੀ ਤੱਕੜੀ ਸਮਝ ਕੇ ਸਾਡੇ ਚਾਰ ਪੀੜ੍ਹੀਆਂ ਬਾਦਲ ਦੀ ਤੱਕੜੀ ਨੂੰ ਵੋਟਾਂ ਪਾਈ ਗਈਆਂ, ਪਰ ਬਾਬੇ ਨਾਨਕ ਦੀ ਤੱਕੜੀ ਤੇਰਾ ਤੇਰਾ ਸਭ ਕੁਛ ਤੇਰਾ ਤੋਲਦੀ ਸੀ, ਬਾਦਲ ਕਿਹੜੀ ਤੱਕੜੀ ਮੇਰਾ ਮੇਰਾ ਸਭ ਕੁਛ ਮੇਰਾ ਤੋਲਦੀ ਹੈ, ਬੱਸਾਂ ਵੀ ਮੇਰੀਆਂ, ਢਾਬੇ ਵੀ ਮੇਰੇ, ਰੇਤਾ ਵੀ ਮੇਰਾ, ਚਿੱਟਾ ਵੀ ਮੇਰਾ, ਕਾਲਾ ਵੀ ਸਾਰਾ ਕੁਛ ਮੇਰਾ। ਬਸ ਪਤਾ ਨਾ ਧਰਮਰਾਜ ਨਾਲ ਗੱਲ ਹੋਈ ਹੈ ਵੀ ਤੇ ਤੁਹਾਡੇ ਪੈਸੇ ਕਹਾਂ ਆ ਸਕਦੇ ਨੇ, ਨਾਲ ਜਿਹੜੇ ਹਿਸਾਬ ਨਾਲ ਲੱਗੇ ਹੋਣੇ ਇਹਨੇ ਲੱਗਦਾ ਧਰਮਰਾਜ ਨਾਲ ਗੱਲ ਹੋ ਗਈ। ਕਿਉਂ ਗਰੀਬਾਂ ਦੀਆਂ ਵਾਧੋਂ ਮੰਨ ਲੈਂਦੇ ਹੋ ਯਾਰ, ਐ ਨਾ ਕਰੋ, ਕੋਈ ਗੱਲ ਨੀ ਪਰਮਾਤਮਾ ਕੀ ਸਜ਼ਾ ਦੇਊ। ਸੋ ਵੀਰੋ ਤੁਹਾਡੇ ਨਾਲ ਦੇ ਆ, ਤੁਹਾਡੇ ਵਰਗੇ ਆ ਤੇ ਅਸੀਂ ਆ ਯਾਰ, ਮੈਨੂੰ ਵੈਸੇ ਬਾਈ ਦਾ ਤੁਸੀਂ ਤੁਸੀਂ ਸੋਚਦੇ ਹੋ, ਬਹੁਤ ਸਾਰੇ ਤੁਹਾਡੇ ਚ ਬਹੁਤ ਸਾਰੇ ਸੋਚਦੇ ਯਾਰ, ਮੈਨੂੰ ਪੰਗਾ ਲੈਣ ਦੀ ਕੀ ਲੋੜ ਸੀ, ਚੰਗਾ ਭਲਾ ਕਲਾਕਾਰ ਮੈਂ ਕਿਹਾ ਫੇਲ ਕਲਾਕਾਰ ਸੀਗਾ ਵੀ ਉੱਧਰੋਂ ਫੇਲ ਹੋ ਗਿਆ ਪੂਰੀ ਤਰ੍ਹਾਂ। ਆ ਜਿਹੜੇ ਫਿਲਮਾਂ ਚ ਆਉਂਦੇ ਆ ਬਿੰਨੂ ਹੋਰੀ ਕਰਮਜੀਤ ਹੋਰੀ, ਮੇਰੀ ਤਾਂ ਚੇਲੇ ਨੇ ਤੇ ਮੈਂ ਵੀ ਕਰੋੜਾਂ ਰੁਪਏ ਕਮਾ ਲੈਂਦਾ ਯਾਰ, ਮੈਨੂੰ ਕੀ ਲੋੜ ਸੀ। ਪਰ ਮੈਂ ਕਿਹਾ ਭਗਵੰਤ ਮਾਨਾ ਹਾਸੇ ਵੀ ਉਦੋਂ ਹੀ ਚੰਗੇ ਲੱਗਦੇ ਨੇ ਜਿਹਨਾਂ ਚੁੱਲ੍ਹਿਆਂ ਚੱਗ ਬਲਦੀ, ਚੁੱਲ੍ਹਿਆਂ ਚ ਅੱਗ ਨਹੀਂ ਬਲਦੀ, ਹਸਾਈਏ ਕਿਵੇਂ ਯਾਰ। ਲੱਗ ਗਿਆ ਮੈਨੂੰ ਤੇਲੇ ਪਾਸੇ ਮੇਰੇ ਰਿਸ਼ਤੇਦਾਰ ਦੋਸਤ ਮਿੱਤਰ ਹਜੇ ਵੀ ਮੇਰੇ ਨਾਲ ਗੁੱਸੇ ਗੱਸੇ ਰਹਿੰਦੇ, ਕਹਿੰਦੇ ਕਿੱਥੇ ਟੋਬਿਆਂ ਦੇ ਮੌਕੇ ਜੇ ਦੇਖਦਾ ਫਿਰਦਾ, ਬੰਬੇ ਚੱਲੀਏ ਯਾਰ। ਮੈਂ ਕਿਹਾ ਨਹੀਂ ਯਾਰ, ਪਰਮਾਤਮਾ ਨੇ ਜਿਹੜੀ ਡਿਊਟੀ ਲਾਉਣੀ ਸੀ ਲਾ ਦਿੱਤੀ, ਰੱਬ ਨੇ ਪਹਿਲਾਂ ਡਿਊਟੀ ਲਾਈ ਪੰਜਾਬੀਆਂ ਨੂੰ ਹਸਾਉਣ ਦੀ, 20 ਸਾਲ ਉਹ ਡਿਊਟੀ ਨਿਭਾਈ, ਫਿਰ ਰੱਬ ਨੇ ਡਿਊਟੀ ਲਾਈ ਅਕਾਲੀਆਂ ਤੇ ਕਾਂਗਰਸੀਆਂ ਨੂੰ ਰੁਕਾਉਣ ਦੀ, ਉਹ ਵੀ ਨਿਭਾਈ ਜਾਂਦਾ ਰੋਂਦੇ ਨੇ ਨਾ। ਜਿਹੜੇ ਮਰਜ਼ੀ ਲੀਡਰ ਦੇ ਮੂਹਰੇ, ਬਾਦਲ ਦੇ ਮੂਹਰੇ, ਭੱਠਲ ਦੇ ਮੂਹਰੇ, ਕੈਪਟਨ ਦੇ ਮੂਹਰੇ, ਮੈਂ ਕਰ ਦੋ ਸਿੰਗਲਾ
ਕੇਵਲ ਢਿੱਲੋਂ ਫਲਾਨਾ ਧਮਕਾਇਮ ਕਰ ਜਿਹਦੇ ਮਰਜ਼ੀ ਮੂਹਰੇ ਮੀਡੀਆ ਵਾਲੇ ਮੈਂ ਕਰ ਦੇਣ ਤੇ ਮੇਰਾ ਨਾਂ ਲੈ ਦੇਣ ਤਾਂ ਮਾਰ ਦੇਣਾ ਮੈਂ ਕੀ ਕਹਿਣਾ ਇਹਨਾਂ ਨੂੰ ਯਾਰ ਮੈਥੋਂ ਨੀ ਡਰਦੇ ਮੇਰੀ ਕੀ ਕਾਰ ਕਰ ਮੈਂ ਮਹਿੰਦਰ ਮਾਸਟਰ ਦਾ ਮੁੰਡਾ ਬਾਈ ਸੌਜ ਪਿੰਡ ਹੈ ਆਮ ਜਿਮੀਦਾਰ ਦਾ ਮੁੰਡਾ ਮੈਂ ਮੈਥੋਂ ਨੀ ਡਰਦੇ ਆ ਜਿਹੜੇ ਥੋੜੀ ਜੀ ਬੀਨ ਵਜਾਈ ਤੇ ਕੋਬਰਾ ਸੱਪਾ ਵਾਂਗੂ ਤੁਸੀਂ ਨਿਕਲ ਆਉਣੇ ਹੋ ਤੁਹਾਡੇ ਤੋਂ ਡਰਦੇ ਲੈ ਅਕਾਲੀ ਦਲ ਨੇ ਇੰਨਾ ਇਕੱਠ ਕਰਨਾ ਹੋਵੇ ਪ੍ਰੋਫੈਸਰ ਸਾਹਿਬ ਘੱਟੋ ਘੱਟ 80,000 ਦੀਆਂ ਜਲੇਬੀਆਂ ਤੇ ਜੇ ਇਹੋ ਜਿਹੇ ਵੇਲੇ ਕਰਨਾ ਤੇ ਸਾਜੋ ਸਮਾਨ ਹੋਰ ਵੀ ਲੱਗੂਗਾ ਲਹਾ ਉਈ ਹੋ ਗਿਆ ਸਾਡਾ ਯਾਰ ਸੋ ਵੀਰੋ ਇਹਨਾਂ ਕੋਲੇ ਕੱਖ ਨਹੀਂ ਇਹਨਾਂ ਦੀ ਨੀਅਤ ਸਾਫ਼ ਨਹੀਂ ਸਿਆਣੇ ਕਹਿੰਦੇ ਆ ਢਿੱਡ ਦਾ ਭੁੱਖਾ ਰੱਜ ਜਾਂਦਾ ਨੀਤ ਦਾ ਭੁੱਖਾ ਨਹੀਂ ਰਹਿ ਇਹ ਨੀਤ ਦੇ ਭੁੱਖੇ ਨੇ ਬਾਈ ਇਹ ਨਹੀਂ ਰੱਜਣਾ ਯਾਰ ਇਹ ਨਹੀਂ ਰਹਿਣੀ ਇਹ ਨੀਤਾਂ ਦੇ ਭੁੱਖੇ ਆ ਮੈਂ ਦੋ ਸਰਕਾਰਾਂ ਚ ਐਮਪੀ ਬਣ ਗਿਆ 2014 ਚ ਬਣ ਗਿਆ ਉਦੋਂ ਅਕਾਲੀ ਦਲ ਦੀ ਸਰਕਾਰ ਸੀ 2017 ਚ ਇਹਨਾਂ ਦੀ ਬਣ ਗਈ ਕਾਂਗਰਸ ਦੀ 19 ਤੱਕ ਮੈਂ ਐਮਪੀ ਸੀ ਫਿਰ ਐਮਪੀ ਬਣ ਗਿਆ ਮਾਂ ਦੇ ਪੁੱਤ ਲੱਗੇ ਪਏ ਨਾ ਵੀ ਭਗਵੰਤ ਮਾਨ ਦੇ ਖਿਲਾਫ਼ 1 ਰੁਪਿਆ ਤਾਂ ਨਿਕਲਿਆ ਵੇ ਉਹਨੂੰ ਕਰੋੜ ਬਣਾ ਕੇ ਉਹਨੂੰ ਭਰੇ ਜੇਲ੍ਹ ਚ ਕਰੀਏ ਪਰ ਮੈਂ ਕਿਹਾ ਲੱਭੋ ਫਿਰ ਪਾਲੋ 1 ਰੁਪਿਆ 5 ਕਰੋੜ ਰੁਪਇਆ ਇੱਕ ਐਮ ਪੀ ਕੋਲੇ 1 ਸਾਲ ਦਾ ਆਉਂਦਾ ਜੀ 25 ਕਰੋੜ ਰੁਪਏ ਮੈਂ ਪਹਿਲਾਂ ਵੰਡਤਾ ਹੁਣ 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 ਵੀ ਆਉਣ ਲੱਗ ਗਿਆ ਅੱਜ ਮੈਂ ਤੁਹਾਡੇ ਸਾਹਮਣੇ ਕਹਿੰਦਾ ਲਾਈਟ ਮੱਥੇ ਲੱਗਦੀ ਹੈ 1 ਰੁਪਇਆ ਵੀ ਕਹਿ ਦਿੰਦੇ ਭਗਵੰਤ ਮਾਨ ਨੇ ਯਾਰ ਆਹ ਸਰਕਾਰ ਲੋਕਾਂ ਦੇ ਪੈਸੇ ਦੀ ਨਾ ਚਾਹ ਪੀ ਲਈ ਯਾਰ ਭਗਵੰਤ ਮਾਨ ਨੇ ਮੇਰਾ ਸਿਰ ਤੁਹਾਡੇ ਜੁੱਤੀ ਪੈਸੇ ਖਾਣ ਥੋੜੀ ਆਇਆ ਯਾਰ ਪੈਸੇ ਤਾਂ ਕਮਾਉਣ ਵਾਲਾ ਕੰਮ ਛੱਡੀ ਫਿਰਦੇ ਆ ਅੱਜ ਵੀ ਲੱਗ ਜਾਂਦਾ ਫਿਲਮਾਂ ਕਰਨ ਮੈਨੂੰ ਕਿਹੜਾ ਕੋਈ ਫਿਲਮਾਂ ਦੀ ਘਾਟ ਹੈ ਕੋਈ ਨਹੀਂ ਯਾਰ ਮੈਂ ਤੁਹਾਨੂੰ ਬਚਾ ਛੱਡ ਕੇ ਨਹੀਂ ਚੱਲ ਜਾਊਂਗਾ ਫਿਰ ਨਾ ਹੁਣ ਤਾਂ ਸੋਹਣੀ ਵਾਂਗੂ ਘੜੇ ਤੇ ਠਿੱਲ ਪਏ ਹੁਣ ਗਾਹਾਂ ਵਾਲਾ ਕਿਨਾਰਾ ਹੀ ਦਿਖਦਾ ਹੁਣ ਪਿਛਲਾ ਪਾਸਾ ਨਹੀਂ ਦਿਖਣਾ ਗਾਹਾਂ ਵਾਲੇ ਨਹੀਂ ਪੂਰਾ ਆਈ ਆਰਾਮ ਨਾਲ ਆਉਂਦੇ ਆ ਕੋਈ ਹੁੱਟ ਤਾਂ ਨਹੀਂ ਬਚੇ ਕੋਈ ਕੋਠਿਆਂ ਤੇ ਤਾਂ ਨਹੀਂ ਹੈਗੇ ਜੇ ਸੰਦਾਲੀਆਂ ਵਾਲੇ ਨਾ ਨਾ ਮੈਂ ਉਹੀ ਕਹਿਣਾ ਵੀ ਜਦੋਂ ਇਹ ਆਉਂਦੇ ਨੇ ਕਿਉਂ ਜੀ ਕਹਿੰਦੇ ਹਰਮਨ ਪਿਆਰੇ ਨੇਤਾ ਜੀ ਆ ਰਹੇ ਨੇ ਇਹ ਕਿਹੜੇ ਹਰਮਨ ਪਿਆਰੇ ਨੇ ਹੋਏ ਜਿਹੜੇ ਇਹ ਕਿ ਸੰਤਾਲੀਆਂ ਨਾਲ ਰੱਖਣੇ ਪੈਂਦੇ ਨੇ ਇਹੋ ਜਿਵੇਂ ਸੁਖਬੀਰ ਬਾਦਲ ਆਜੂ ਕੈਪਟਨ ਆਜੂ ਉਹਦੇ 3 ਕਾਰਨ ਨੇ ਇਹ ਦੋਨੋਂ ਇਹੋ ਜਿਹੇ ਵੇਲੇ ਨਹੀਂ ਆ ਸਕਦੇ ਪਹਿਲਾ ਕਾਰਨ ਇਹੋ ਜਿਹੇ ਵੇਲੇ ਸੁਖਬੀਰ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਭਾਸ਼ਣ ਦੇਣ ਦੀ ਸਥਿਤੀ ਵਿੱਚ ਨਹੀਂ ਰਹਿੰਦੇ ਹਨ ਨੰਬਰ 2 ਇਹੋ ਜਿਹੇ ਵੇਲੇ ਠੱਠੀ ਭਾਈ ਇਹਨਾਂ ਦਾ ਹਨੇਰੇ 'ਚ ਹੈਲੀਕਾਪਟਰ ਉੱਤਰ ਨਹੀਂ ਸਕਦਾ ਹੈ ਤੇ ਨੰਬਰ 3 ਜੇ ਉੱਤਰ ਗਿਆ ਤੁਸੀਂ ਚੜ੍ਹਨ ਨਹੀਂ ਦੇਣਾ ਹੈ ਕਿਉਂਕਿ ਤੁਸੀਂ ਹਿਸਾਬ ਲੈਣਾ ਹੈ ਮੇਰੇ ਨਾਲ ਵੀ ਨੇ
ਐਕਸਪਲੇਨ ਕਰਨਾ ਮੈਡਮ, ਮੈਨੂੰ ਤਾਂ ਐ ਭਾਲਣੇ ਪੈਂਦੇ ਨੇ ਯਾਰ, ਹੈਗਾ ਆਹ ਹੈਗਾ ਮੁੰਡਾ ਪਰਮਿੰਦਰ। ਅੱਛਾ ਤੁਹਾਨੂੰ ਮੈਂ, ਮੈਨੂੰ ਹੁਣ ਏ ਡੀ ਜੀ ਪੀ ਨੂੰ ਮੈਂ ਕਿਹਾ ਮੈਨੂੰ ਤਾਂ ਚਾਹੀਦੇ ਨੀ। ਕਹਿੰਦੇ ਨਾ ਨਾ ਤੁਹਾਨੂੰ ਤਾਂ ਰੱਖਣੇ ਪੈਣਗੇ। ਮੈਂ ਕਿਹਾ ਜੀ ਮੈਨੂੰ ਚਾਹੀਦੇ ਨੀ। ਕਹਿੰਦੇ ਨਾ ਸਾਨੂੰ ਨੀ ਪਤਾ, ਪ੍ਰੋਟੋਕਾਲ ਹੈ, ਸਾਨੂੰ ਰਸਤਾ ਦੇਵਾਂਗੇ ਤੁਹਾਨੂੰ, ਇਹ ਤਾਂ ਰੱਖਣੇ ਪੈਣਗੇ ਤੁਹਾਨੂੰ। ਇਹ ਮੈਨੂੰ ਕਹਿੰਦੇ ਵੀ ਅਸੀਂ ਸਸਪੈਂਡ ਹੋ ਜਾਣੇ, ਰੱਖ ਲਓ। ਫਿਰ ਮੈਂ ਤੁਹਾਨੂੰ ਕੀ ਕਿਹਾ ਸੀ, ਨਾਲ ਤੁਰੇ ਫਿਰੋ ਕਿਸੇ ਤੱਕ ਧੱਕਾ ਨਾ ਮਾਰਿਓ, ਨਾਲ ਤੁਰੇ ਫਿਰੋ ਕਿਸੇ ਤੱਕ ਧੱਕਾ ਨਾ ਮਾਰਿਓ। ਆ ਫਿਰਦੇ ਨੇ ਹੋਰ। ਮੈਂ ਕਿਹਾ ਕਿਸੇ ਨੂੰ ਧੱਕਾ ਨੀ ਮਾਰਨਾ, ਕੋਈ ਹੋਟਲ ਨੀ ਮਾਰਨਾ, ਲਾਈਨ ਚ ਲੱਗ ਜਾ, ਅੱਧਾ ਘੰਟਾ ਪਹਿਲਾਂ ਤੁਰ ਪੋ ਯਾਰ, ਕਾਹਲੀ ਥੋੜੀ ਹੋਈ, ਲਾਈਨ ਚ ਲੱਗ ਜਾਓ ਨਾ ਜੇ ਕੋਈ ਜਾਮ ਲੱਗਿਆ। ਆਹੀ ਚੀਜ਼ਾਂ ਕਰ ਲਈਆਂ ਬਸ। ਸੋ ਵੀਰੋ ਇਹਨਾਂ ਤੋਂ ਕੋਈ ਇਹ 350 ਗੱਡੀਆਂ ਦਾ ਕਾਫਲਾ ਲੈ ਕੇ ਤੁਰਦੇ। ਤੁਹਾਨੂੰ ਪਤਾ ਸੁਖਬੀਰ ਬਾਦਲ ਹੁਣ ਮੁੱਖ ਮੰਤਰੀ ਜਾਂ ਡਿਪਟੀ ਮੁੱਖ ਮੰਤਰੀ ਨਹੀਂ ਹੈਗਾ, ਪਰ ਆਪਾਂ ਨੂੰ ਕਿੰਨੇ ਦਾ ਪੈ ਰਿਹਾ ਉਹ? 1.5 ਲੱਖ ਰੁਪਇਆ 1 ਕਿਲੋਮੀਟਰ ਦਾ ਸੁਖਬੀਰ ਬਾਦਲ ਤੇ ਖਰਚਾ ਹੋ ਰਿਹਾ। ਜਿੰਨੇ ਉਹਨਾਂ ਨਾਲ ਗੰਨਮੈਨ ਨੇ ਉਹਨਾਂ ਦੀ ਤਨਖਾਹਾਂ ਨੂੰ ਇੱਕ ਦਿਨ ਤੇ ਵੰਡ ਲਈਏ ਤੇ ਜਿੰਨਾ ਤੇਲ ਲੱਗਦਾ 1.5 ਲੱਖ। ਪਿੰਡ ਚ ਸੰਗਲ ਲੱਗਦੇ ਆ ਯਾਰ, ਵੀ ਲੋਕ ਲਾਂਬਾ ਤੇ ਕਹਿੰਦੇ ਕਰਦੇ ਵਾ ਤੇਰਾ ਮੁੰਡਾ ਕਿਤੇ ਰੋੜਾ ਰੋੜਾ ਨਾ ਮਾਰੇ, ਗੁਰਜੀ ਨਾ ਮੰਨ ਲਾ ਯਾਰ। ਗੱਡੀ ਕਿਹੜੀ ਸਿਆਣੀ ਗੱਲ ਕਰਤੀ ਤੂੰ ਨੇ, ਮੈਨੂੰ ਇੱਕ ਸਿਆਣਪ ਦੱਸ ਦੋ ਵੀ ਸੁਖਬੀਰ ਬਾਦਲ ਦੀ ਸਿਆਣਪ ਨਾਲ ਇਹ ਹੋ ਗਿਆ। ਬਾਬਾ ਦਾ ਮੁੰਡਾ ਹੈ ਬਸ। ਅੱਛਾ ਹੱਡੀ ਨੀ ਬਾਲ ਸਾਹਿਬ 92 ਸਾਲ ਦੇ ਹੋ ਗਏ ਯਾਰ, ਵੱਡੇ ਬਾਲ ਸਾਹਿਬ ਸੇਵਾ ਕਰਾਂਗੇ। ਉਹ ਮੈਂ ਕਿਹਾ ਤੇਰਾ ਸੇਵਾ ਕਰਾਉਣ ਦਾ ਟਾਈਮ ਆ ਓਏ ਬਾਬਾ, ਉਹ ਬਸ ਕਰ, ਓਏ ਨਵੇਂ ਮੁੰਡਿਆਂ ਨੂੰ ਕੰਮ ਕਰ ਲੈਣ ਦੇ, ਓਏ ਕੋਈ ਹਟ ਜਾ, ਓਏ ਤੇਰੇ ਹਾਣ ਦੇ ਦਰਖਤ ਵੀ ਸੁੱਕ ਗਏ ਓਏ ਪੰਜਾਬ ਚੋਂ। ਹਟਦੀ ਨੀ ਪਿੱਪਲ ਦਾ ਪੱਤਿਆ ਵੇ, ਕਾਦੀ ਖੜ 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 ਲਾਈ ਹੈ। ਪੱਕ ਚੜ ਗਏ ਪੁਰਾਣੇ ਬਾਦਲ ਸਾਹਿਬ ਰੁੱਤ। ਰਿਟਾਇਰਮੈਂਟ ਹੀ ਹੈ ਨੀ ਯਾਰ ਕੋਈ, ਮਤਲਬ ਸਰਕਾਰੀ ਮੁਲਾਜ਼ਮ ਨੂੰ 58 ਸਾਲ ਤੇ ਰਿਟਾਇਰ ਕਰ ਦਿੰਦੇ ਨੇ, ਸੈਂਟਰ ਸਰਕਾਰ ਵਾਲੇ 60 ਤੇ ਕਰ ਦਿੰਦੇ ਨੇ, ਇੱਧਰ ਕੋਈ ਰਿਟਾਇਰਮੈਂਟ ਹੀ ਹੈ ਨੀ। ਇੱਕ ਮੌਕਾ ਹੋਰ ਦਿਓ ਜੀ, ਲੈ ਉਹ ਮੌਕੇ ਦੇ ਦੇ ਕੇ ਅਸੀਂ ਥੱਕ ਕੇ ਬਸ ਕਰੋ, ਕੁਛ ਨਵਾਂ ਕਰੀਏ, ਕੁਛ ਨਵਾਂ ਕਰੀਏ ਖੇਤੀ ਨੂੰ। ਮੇਰੀ ਫੋਟੋ ਕਾਪੀ ਨਹੀਂ ਹੁੰਦੀ ਯਾਰ, ਕੀ ਕਰਾਂ ਮੈਂ, ਫੋਟੋ ਤਾਂ ਹੋ ਜਾਂਦੀ ਮੇਰੀ ਪਰ ਫੋਟੋ ਕਾਪੀ ਨਹੀਂ ਹੁੰਦੀ ਯਾਰ। ਕੋਈ ਗੱਲ ਪਿਆਰ ਕਰ ਰਿਹਾ, ਪਿਆਰ ਕਰ ਰਿਹਾ, ਕਹਿੰਦਾ ਮਾਨਾ ਤੇਰੀ ਫੋਟੋ ਕਾਪੀ ਨਹੀਂ ਹੁੰਦੀ ਯਾਰ, ਮੈਂ ਘਰੇ ਬਣਾ ਕੇ ਰੱਖ ਲਾਂ। ਸਾਰੇ ਪੰਜਾਬ ਵਾਸਤੇ ਖੇਤੀ ਘਾਟੇ ਦਾ ਸੌਦਾ ਹੈ, ਕੱਲੇ ਬਾਦਲ ਕੇ ਟੱਬਰ ਵਾਸਤੇ ਲਾਹੇਵੰਦ ਧੰਦਾ ਹੈ। ਦੋ ਨਹਿਰਾਂ ਇਹਨਾਂ ਦੇ ਖੇਤ ਜੀ ਖਤਮ ਹੋ ਜਾਂਦੇ ਤੇ ਅਸੀਂ ਪਾਣੀ ਵਰਸੀ। ਸੁਖਬੀਰ ਬਾਦਲ ਨੂੰ ਮੈਂ ਕਹਿਣਾ, ਸੁਖਬੀਰ ਸਿਆ ਤੈਨੂੰ ਵੋਟਾਂ ਪਵਾ ਲਾਊਂਗਾ, ਮੈਂ ਵੀ ਕਹਿ ਦੂੰਗਾ ਮੈਂ ਸੁਖਬੀਰ ਨੂੰ ਵੋਟਾਂ ਪਾਓ ਯਾਰ। ਇਹਨਾਂ ਕੋਲੇ 8 ਬੱਸਾਂ ਸੀ, ਦੋਨੇ ਪਈਆਂ ਪਈਆਂ, ਜਦੋਂ ਅੱਡ ਹੋਏ ਪ੍ਰਕਾਸ਼ ਬਾਦਲ ਤੇ ਗੁਰਦਾਸ ਬਾਦਲ ਤਾਂ 4-4 ਬੱਸਾਂ ਆਈਆਂ।
ਉਹਨਾਂ ਕੋਲ ਹਜੇ ਵੀ ਚਾਰ ਨੇ, ਰਘੂ ਰਾਜ ਟਰਾਂਸਪੋਰਟ ਹੈ। ਅੱਛਾ ਮੈਨੂੰ ਦੱਸੋ, ਕਸਿਆਣੇ ਬੰਦੇ ਬੈਠੇ ਆ, ਖਰ ਕਦੇ ਉਹਨੇ ਵੀਡੀਓ ਵੀ ਦੇਖ ਲਈ ਹੋਣੀ, ਤੁਹਾਨੂੰ ਪਤਾ ਵੀ ਬਾਦਲ ਕੇ ਟੱਬਰ 'ਚ ਰਘੂ ਰਾਜ ਕੌਣ ਹੈ? ਹੱਥ ਖੜੇ ਕਰ ਦੋ ਜਿਹਨੂੰ ਨਹੀਂ ਪਤਾ, ਜਿਹਨੂੰ ਨਹੀਂ ਪਤਾ ਕਿਸੇ ਨੂੰ ਨਹੀਂ ਪਤਾ। ਪੰਜ ਵਾਰੀ ਮੁੱਖ ਮੰਤਰੀ ਬਣਾਤਾ ਯਾਰ, ਆਪਾਂ ਉਹਦੇ ਬਾਪ ਦਾ ਨਾਂ ਪੁੱਛੇ ਨਹੀਂ ਯਾਰ। ਪ੍ਰਕਾਸ਼ ਸਿੰਘ ਬਲ ਦੇ ਬਾਪੂ ਦਾ ਨਾਂ ਹੈ ਰਘੂ ਰਾਜ। ਰਘੂ ਰਾਜ ਸਿੰਘ ਢਿੱਲੋਂ ਦੇ ਬਾਪੂ ਦਾ ਨਾਂ ਹੈ, ਤੁਹਾਨੂੰ ਅੱਜ ਪਤਾ ਲੱਗਿਆ ਹੋਣਾ। ਪਾਈ ਜਾਓ ਵੋਟਾਂ ਤੱਕੜੀ ਨੂੰ, ਜਾਓ ਇਹ ਤਾਂ ਪਤਾ ਕਰ ਲੈਂਦੇ ਕਿੱਥੋਂ ਆਏ ਇਹ। ਉਹਨਾਂ ਕੋਲੇ ਹਜੇ ਵੀ ਚਾਰ ਨੇ ਮੰਤਰੀ, ਦੋਨਾਂ ਕੋਲੇ ਰਘੂ ਰਾਜ ਟਰਾਂਸਪੋਰਟ ਹੈ ਤੇ ਇਹਨਾਂ ਕੋਲੇ 2,500 ਹੋ ਗਈ ਬੱਸ। ਲੈ ਵੀ ਸੁਖਵੀਰ ਸਿੰਘ, ਤੈਨੂੰ ਵੋਟਾਂ ਪਵਾਵਾਂਗੇ, ਠੀਕ ਹੈ, ਤੈਨੂੰ ਮੁੱਖ ਮੰਤਰੀ ਦੁੱਖ ਮੰਤਰੀ ਜਿਹੜਾ ਤੁਸੀਂ ਤੂੰ ਬਣਨਾ ਚਾਹੁੰਦਾ ਬਣਾ ਦਾਂਗੇ। ਸਾਨੂੰ ਇਹ ਦੱਸਦੇ ਹੱਥਾ ਸਾਰੇ ਪੰਜਾਬੀਆਂ ਨੂੰ ਵੀ ਚਾਰ ਬੱਸਾਂ ਤੋਂ 2,500 ਬੱਸਾਂ ਕਿਵੇਂ ਬਣ ਗਈਆਂ ਹੁੰਦੀਆਂ ਨੇ, ਅਸੀਂ ਵੀ ਕਾਮਯਾਬ ਹੋ ਜਾਈਏ, ਸਾਨੂੰ ਦੱਸਦੇ। ਸਾਥੋਂ ਤਾਂ ਸਾਈਕਲ ਨੂੰ ਪੈਂਚਰ ਨਹੀਂ ਲੱਗਦਾ ਤੇ ਇਹਨਾਂ ਦੀਆਂ ਚਾਰ ਬੱਸਾਂ ਤੋਂ 2,500 ਬੱਸਾਂ ਹੋ ਗਈਆਂ। ਜਦੋਂ ਵੀ ਕਦੇ ਵੋਟਾਂ 'ਚ ਖੜੇ ਹੋਈਦਾ ਨਾ ਤਾਂ ਇੱਕ ਫਾਰਮ ਭਰਨਾ ਪੈਂਦਾ ਪ੍ਰੋਪਰਟੀ ਦਾ, ਵੀ ਤੁਹਾਡੇ ਕੋਲ ਕਿੰਨੀ ਜ਼ਮੀਨ ਹੈ, ਕਿੰਨੇ ਪਲਾਟ ਨੇ, ਕਿੰਨੀਆਂ ਕਾਰਾਂ ਨੇ, ਕਿੰਨੇ ਤੁਹਾਡੀ ਘਰ ਵਾਲੀ ਕੋਲ ਗਹਿਣੇ ਨੇ, ਸਾਰਾ ਦੱਸਣਾ ਪੈਂਦਾ। 2012 'ਚ ਮੈਂ ਪਹਿਲੀ ਵਾਰ ਲੜਿਆ ਲਹਿਰੇ ਗਾਗੇ ਤੋਂ, ਮਨਪ੍ਰੀਤ ਬਾਦਲ ਦੀ ਪਾਰਟੀ ਸੀ, ਮੈਂ ਹਾਰ ਗਿਆ, ਪਰ ਮੈਂ ਭਰਤਾ ਵੀ ਮੇਰੇ ਕੋਲ ਇੰਨੇ। 2014 'ਚ ਫਿਰ ਲੜਿਆ ਤਾਂ 12 ਨਾਲੋਂ ਮੇਰੀ ਪ੍ਰੋਪਰਟੀ ਘੱਟ ਗਈ, ਕਿਉਂਕਿ ਮੈਂ ਪੈਸੇ ਕਮਾਉਣ ਦਾ ਕੰਮ ਬੰਦ ਕਰ ਦਿਆ। 2014 ਜਿੱਤ ਗਿਆ, 17 ਦੇ ਵਿੱਚ ਜਲਾਲਾਬਾਦ ਤੋਂ ਲੜਿਆ, 14 ਨਾਲੋਂ ਘੱਟ ਗਈ। 19 ਦੇ ਵਿੱਚ ਦੁਬਾਰੇ ਹੁਣ ਲੜਿਆ, 17 ਨਾਲੋਂ ਘੱਟ ਗਈ। ਤੇ ਬਾਦਲਾਂ ਦੀ ਨੂੰਹ ਨੇ ਵੀ ਫਾਰਮ ਭਰਿਆ, ਨੰਨੀ ਸ਼ਾਨ ਹੈ ਬਠਿੰਡੇ ਤੋਂ, ਤੁਹਾਨੂੰ ਪਤਾ। ਬਾਕੀ ਤਾਂ ਅਰਬਾਂ ਖਰਬਾਂ ਛੱਡ ਦੋ, ਕੱਲਾ ਸੋਨੇ ਵਾਲਾ ਫਾਰਮ ਵੀ ਮੇਰੇ ਕੋਲ ਕਿੰਨਾ ਸਿਆਉਣਾ ਹੈ, ਤੁਹਾਨੂੰ ਪਤਾ ਕਿੰਨਾ ਲਿਖਿਆ ਬਠਿੰਡੇ ਤੋਂ ਫਾਰਮ ਭਰਨ ਵੇਲੇ। ਮੈਂ ਨੀ ਦੱਸਿਆ, ਉਹਨੇ ਆਪ ਦੱਸਿਆ, 23.5 ਕਿਲੋ ਸੋਨਾ, 23.5 ਕਿਲੋ ਸਾਡੇ ਪੱਖਾਂ ਚ ਗੋਹਾ ਹੈ ਨੀ ਯਾਰ, ਇਹ ਸੋਨਾ ਲਈ ਫਿਰਦੇ ਨੇ, ਕਿੱਥੋਂ ਆਇਆ ਸੋਨਾ ਇਹ? ਆਪਣੇ ਹੀ ਆ ਠੱਠੀ ਭਾਈ ਵਾਲਿਓ, ਆਪਣੇ ਜਵਾਕਾਂ ਦੇ ਹਿੱਸੇ ਦੀ ਪੜ੍ਹਾਈ ਖਾਂਦੇ ਆ ਤਾਂ 23.5 ਕਿਲੋ ਸੋਨਾ ਬਣਦਾ ਹੈ, ਆਪਣੇ ਨੌਜਵਾਨ ਮੁੰਡੇ ਕੁੜੀਆਂ ਦੇ ਰੋਜ਼ਗਾਰ ਦੇ ਹਿੱਸੇ ਦੀ ਕਮਾਈ ਖਾਂਦੇ ਆ ਤਾਂ ਸੋਨਾ ਬਣਦਾ ਹੈ, ਆਪਣੇ ਬਜ਼ੁਰਗਾਂ ਦੇ ਇਲਾਜ ਦੇ ਹਿੱਸੇ ਦੀ ਦਵਾਈ ਖਾਂਦੇ ਆ ਤਾਂ ਸੋਨਾ ਬਣਦਾ ਹੈ, ਇਹ ਹਸਪਤਾਲ ਖਾਂਦੇ ਆ, ਸੜਕਾਂ ਖਾਂਦੇ ਆ, ਗਲੀਆਂ ਖਾਂਦੇ ਆ, ਨਾਲੀਆਂ ਖਾਂਦੇ ਆ ਤਾਂ ਸੋਨਾ ਬਣਦਾ ਹੈ। ਮੇਰਾ ਤਾਂ ਬਣਿਆ ਨੀ, ਫਿਰ ਮੈਂ ਵੀ ਤਾਂ MP 2 ਵਾਰੀ ਬਣ ਗਿਆ ਯਾਰ, ਮੇਰਾ ਤਾਂ ਬਣਿਆ ਨੀ। ਫਿਰ ਇਹਨਾਂ ਦਾ, ਇਹਨਾਂ ਦੀ ਪੀੜ੍ਹੀਆਂ ਨੂੰ ਕੰਮ ਨਹੀਂ ਕਰਨਾ ਪੈਣਾ, ਕਈ ਪੀੜ੍ਹੀਆਂ ਨੂੰ ਜੇ 500 ਦੇ ਨੋਟ ਦੀ ਇੱਕ ਬੁਰਕੀ ਬਣਾ ਕੇ ਵੀ ਖਾਣ ਲੱਗ ਜਾਣ ਤਾਂ ਵੀ ਕਈ ਪੀੜ੍ਹੀਆਂ ਲੱਗ ਜਾਣਗੀਆਂ ਮੁੱਕਣ ਨੂੰ, ਤੇ ਸਾਡੇ ਕੋਲ ਰੋਟੀ ਹੈ ਨੀ ਯਾਰ। ਪਾਓ ਵੋਟਾਂ, ਵੈਰੀ ਗੁੱਡ, ਤੱਕੜੀ ਪੰਜ ਸੱਤ ਖੜੇ ਹੁੰਦੇ ਸੁਖਵੀਰ ਬਲ ਦੇ ਮਗਰ, ਤੁਹਾਡੇ ਪਿੰਡ ਦੇ ਹੁੰਦੇ ਆ ਉਹ ਜਥੇਦਾਰ ਜੀ, ਉਹਨਾਂ ਨੇ ਕੱਖ ਨੀ, ਉਹਨਾਂ ਨੂੰ ਪਤਾ ਹੁੰਦਾ ਵੀ ਇਹ ਕੀ ਕਹੀ ਜਾਂਦਾ,
ਉਹਨਾਂ ਨੇ ਸਿਰਫ ਇਹੀ ਦੇਖਣਾ ਹੁੰਦਾ ਵੀ ਸਾਹ ਕਿੱਥੇ ਜੇ ਲਓ ਫਿਰ ਜਕਾਰਾ ਛੱਡਾਂਗੇ ਉੱਥੇ। ਕਈ ਵਾਰੀ ਇਹ ਵੀ ਨਹੀਂ ਦੇਖਦੇ ਜਕਾਰੇ ਵਾਲੀ ਜਗ੍ਹਾ ਹੈਗੀ ਆ ਜਾਂ ਨਾ। ਉਹ ਲੀਡਰ ਕਹੀ ਜਾਂਦਾ ਹੁੰਦਾ ਕਾਂਗਰਸ ਦੀ ਸਰਕਾਰ ਵੇਲੇ 9582 ਬਲਾਤਕਾਰ ਹੋਏ ਸੀ ਪਰ ਸਾਡੀ ਸਰਕਾਰ ਵੇਲੇ ਸਿਰਫ 5721 ਹੋ ਰਹੇ। ਬੋਲੇ ਜਕਾਰੇ ਵਾਲੀ ਜਗ੍ਹਾ। ਮਤਲਬ ਤਾਂ ਚੈੱਕ ਕਰ ਲਓ ਯਾਰ ਤੁਸੀਂ ਥੱਲੇ ਵਾਲਾ ਖਿਆਲ ਰੱਖ ਲਿਓ ਵੀ ਪੋਲਿੰਗ ਏਜੰਟ ਜਾਂ ਕਿਹਨੂੰ ਬਣਾਉਣਾ, ਕੋਈ ਮੇਰਾ ਰੋਡ ਰੂਡ ਸ਼ੋਅ ਜਿਹਾ ਆਇਆ ਉਹ ਕਿੱਧਰ ਦੀ ਕੱਢਣਾ, ਪੋਸਟਰ ਪੂਸਟਰ ਜੇ ਕਿੱਥੇ ਲਾਉਣੇ ਨੇ, ਬਜ਼ੁਰਗਾਂ ਨੂੰ ਪੋਲਿੰਗ ਸਟੇਸ਼ਨ ਤੱਕ ਕਿਵੇਂ ਲੈ ਕੇ ਆਉਣਾ, ਇਹ ਖਿਆਲ ਰੱਖ ਲਓ। ਤਾਹਾਂ ਦੀ ਜਮਾ ਫਿਕਰ ਨਾ ਕਰੋ, ਮੈਂ ਇਕੱਲੇ ਨੂੰ ਸਾਰੇ ਵਾਲੀ ਕਬੱਡੀ ਭਾਰ ਕੇ ਇਹਨਾਂ ਨੂੰ ਵੀ ਆ ਜਾਓ। ਕੱਲ ਪਰਾਲੀ ਤੇ ਬੋਲ ਕੇ ਆਇਆ ਨਾ ਮੈਂ, ਤੂੰ ਸੁਣਿਆ ਹੋਣਾ ਤੇ ਮੈਂ ਕੀ ਬੋਲਿਆ। ਸਾਥੋਂ ਉਹ ਫਸਲ ਬਿਜਵਾਉਂਦੇ ਕਿਉਂ ਬਈ? ਸਾਨੂੰ ਕਹਿ ਦੋ ਬਾਜਰਾ ਬੀਜ ਲਓ, ਬਾਜਰਾ ਬੀਜ ਲਾਂਗੇ ਪਰ ਵੇਚਾਂਗੇ ਤੇ ਉਹਦੀ ਕੋਈ MSP ਹੈ ਨੀ, ਮਿਨੀਮਮ ਸਪੋਰਟ ਪ੍ਰਾਈਸ। ਮੱਕੀ ਬੀਜ ਲਾਂਗੇ ਕਿੱਥੇ ਵੇਚਾਂਗੇ ਜੀ? ਪਹਿਲਾਂ ਤਾਂ ਸਾਥੋਂ ਪਰਾਲੀ ਵਾਲੀ ਫਸਲ ਬਿਜਵਾਉਂਦੇ ਨੇ, ਚੌਲ ਲੈ ਕੇ ਕਹਿੰਦੇ ਹੁਣ ਤੁਹਾਡੇ ਪਰਚਾ ਕਰਾਂਗੇ। ਲੈ ਹੱਦ ਹੈ ਯਾਰ, ਕੋਈ ਇਲੀਗਲ ਫਸਲ ਬੀਜ ਲਈ ਅਸੀਂ, ਕੋਈ ਬੈਨ ਫਸਲ ਬੀਜ ਲਈ ਅਸੀਂ। ਆਪਣਾ ਖੇਤੀ ਮੰਤਰੀ ਪਤਾ ਕੌਣ ਹੈ? ਆਹੀ ਤਾਂ ਕਹਿਣਾ, ਆਪਣਾ ਖੇਤੀ ਮੰਤਰੀ ਪਤਾ ਕੌਣ ਹੈ? ਕੈਪਟਨ ਅਮਰਿੰਦਰ ਸਿੰਘ ਯਾਰ। ਉਹ ਕਿੱਦੇ ਮਿਰਚਾਂ ਬੀਜਣ ਗਿਆ ਯਾਰ, ਹੁਣ ਕੀ ਪਤਾ ਖੇਤੀ ਦਾ ਕੀ ਹੁੰਦੀ ਹੈ। ਲੈ ਸ਼ਰਤ ਲਾ ਲਓ, ਕੈਪਟਨ ਅਮਰਿੰਦਰ ਨੂੰ ਪੁੱਛ ਲਿਓ ਵੀ ਗੰਨਾ ਕਿਵੇਂ ਬੀਜੀਦਾ, ਉਹਨੇ ਐ ਕਹਿਣਾ ਵੀ ਪਹਿਲਾਂ ਗੁੜ ਦੀਆਂ ਛੋਟੇ ਛੋਟੇ ਡਲੀਆਂ ਕਰਦੇ ਨੇ ਫਿਰ ਡਲੀਆਂ, ਉਹਨੂੰ ਮੁੱਢੇ ਦਾ ਪਤਾ ਹੀ ਨਹੀਂ। ਉਹ ਤਾਂ ਆਪਣੇ ਖੇਤੀ ਮੰਤਰੀ ਨੇ, ਮੈਂ ਕੀ ਕਰਾਂ ਫਿਰ। ਆ ਹਾਲਾਤ ਨੇ ਇਹਨਾਂ ਦੇ, ਉਹਨੂੰ ਕੀ ਪਤਾ ਖੇਤੀ ਦਾ ਯਾਰ। ਕੋਈ ਗੱਲ ਨਹੀਂ, ਥੋੜ੍ਹਾ ਟਾਈਮ ਠਹਿਰ ਜਾਓ, ਮੈਂ ਲੋਕਾਂ ਦੀਆਂ ਨਬਜ਼ਾਂ ਪੜ੍ਹਦਾ ਰਿਹਾ। ਜੋ ਲੋਕ ਇਸ ਵਕਤ ਸੋਚੀ ਜਾਂਦੇ ਨੇ, ਪਰਮਾਤਮਾ ਸਮੱਤ ਬਖਸ਼ੇ, ਹੰਕਾਰ ਨਾ ਲੈ ਕੇ ਆਵੇ, ਬਲ ਬਖਸ਼ੇ। 2 ਸਾਲਾਂ ਬਾਅਦ ਇਸੇ ਪੰਜਾਬ 'ਚ ਇਹਨਾਂ ਪਿੱਪਲਾਂ ਇਹਨਾਂ ਬੋੜਾਂ ਥੱਲੇ ਇਹਨਾਂ ਸੱਤਾਂ 'ਚ ਗਿੱਧੇ ਭੰਗੜੇ ਪੈਂਦੇ, ਮੈਂ ਦਿਖਾਉਂਗਾ ਤੁਹਾਨੂੰ। ਤੁਸੀਂ ਸਾਥ ਦੇ ਦਿਓ ਬਸ, ਤੁਸੀਂ ਸਾਥ। ਤਵੀਤ ਤਾਂ ਬਣਾਈ ਬੈਠੇ, ਹਾਂ ਤਵੀਤਾਂ ਦੀ ਕੋਈ ਪ੍ਰੋਬਲਮ ਨਹੀਂ, ਸਾਰਾ ਪਲਾਨ ਕੀਤਾ ਪਿਆ ਕਿਵੇਂ ਕੀ ਕਰਨਾ ਹੈ। ਸਟੀਅਰਿੰਗ ਪ੍ਰੋਬਲਮ ਮਰ ਗਏ ਯਾਰ ਅਸੀਂ, ਕਮਾਲ ਹੈ। ਪੰਜਾਬ ਸਾਰੇ ਮੁਲਕ ਦਾ ਢਿੱਡ ਭਰਦਾ ਸੀ, ਅੱਜ ਆਹ ਭੁੱਖਾ ਸੌਣ ਲਾ ਤਾ ਇਹਨਾਂ ਨੇ। ਹੱਦ ਹੈ, ਇੰਨੀ ਜ਼ਰਖੇਜ਼ ਧਰਤੀ ਦੇ ਮਾਲਕ ਭੁੱਖੇ ਮਾਰਤੇ ਇਹਨਾਂ ਨੇ। ਅੱਛਾ ਪੰਜਾਬੀ ਪੂਰੀ ਦੁਨੀਆਂ 'ਚ ਕਾਮਯਾਬ ਨੇ, ਪੰਜਾਬ 'ਚ ਫੇਲ ਨੇ। ਤੁਹਾਡੇ ਵੀ ਰਿਸ਼ਤੇਦਾਰ ਹੋਣਗੇ ਬਾਹਰਲੇ ਮੁਲਕਾਂ 'ਚ, ਉਹ ਕਾਮਯਾਬ ਨੇ ਜੀ, ਇੱਥੇ ਫੇਲ ਕਿਉਂ ਆ ਜੀ? ਕਿਉਂਕਿ ਜਿਹੜੇ ਮੂਹਰੇ ਲੀਡਰ ਲਾਏ ਸੀ ਅਸੀਂ, ਉਹ ਚੱਜ ਦੇ ਨਹੀਂ ਨਿਕਲੇ। ਅਸੀਂ ਤਾਂ ਉਹਨਾਂ ਦੇ ਹੱਕ 'ਚ ਬਹੁਤ ਵਾਰੀ ਭੁਗਤ ਗਏ, ਪਰ ਉਹ ਆਪਣੇ ਹੱਕ 'ਚ ਕਦੇ ਵੀ ਨਹੀਂ ਭੁਗਤੇ। ਉਹਨਾਂ ਨੇ ਸਾਡੇ ਵਾਸਤੇ ਕੋਈ ਕਾਨੂੰਨ ਨਹੀਂ ਬਣਾਇਆ, ਕੋਈ ਸਾਡੀ ਕਾਰਵਾਈ ਨਹੀਂ ਕੀਤੀ। ਹੁਣ ਡੱਬਿਆਂ ਦਾ ਥੋੜ੍ਹੀ ਕਸੂਰ ਹੁੰਦਾ ਹੈ, ਡੱਬੇ ਤਾਂ ਉੱਧਰ ਹੀ ਜਾਣਗੇ ਜਿੱਧਰ ਇੰਜਣ ਲੈ ਕੇ ਜਾਂਦਾ ਹੈ। ਹੁਣ ਇੰਜਣ ਹੀ 90-90 ਸਾਲ ਪੁਰਾਣੇ ਲਾਈ ਬੈਠੂ, ਮੈਂ ਕੀ ਕਰਾਂ ਬਈ? ਹੁਣ
ਹੁਣ ਤਾਂ ਡੀਜ਼ਲ ਵਾਲੇ ਵੀ ਬੰਦ ਹੋ ਗਏ, ਦਿੱਲੀ ਵਾਲੇ ਨੇ ਇੰਜਣ ਬਦਲ ਲਿਆ ਦਿੱਲੀ ਲੈਣ ਤੇ। ਦਿੱਲੀ ਦੇ ਸਰਕਾਰੀ ਸਕੂਲਾਂ ਦੀ ਪੜ੍ਹਾਈ ਪ੍ਰਾਈਵੇਟ ਨਾਲ ਵਧੀਆ ਕਰਤੀ ਕੇਜਰੀਵਾਲ ਨੇ। ਦਿੱਲੀ ਦੇ ਸਰਕਾਰੀ ਸਕੂਲ 'ਚ ਇੱਕ ਜੱਜ ਦਾ ਮੁੰਡਾ, ਇੱਕ ਡੀਸੀ ਦਾ ਮੁੰਡਾ, ਇੱਕ ਰਿਕਸ਼ੇ ਵਾਲੇ ਦਾ ਮੁੰਡਾ ਇੱਕੋ ਬੈਂਚ ਤੇ ਬਹਿ ਕੇ ਪੜ੍ਹਨ ਲਾਤੇ ਯਾਰ। ਉੱਥੇ ਆਪਾਂ ਸੋਚ ਸਕਦੇ ਹਾਂ ਵੀ ਸਾਡਾ ਬੱਚਾ ਡੀਸੀ ਦੇ ਬੱਚੇ ਨਾਲ ਪੜ੍ਹ ਲੂਗਾ? ਨਹੀਂ ਸੋਚ, ਉਹਨੇ ਕਰਤਾ ਕੰਮ ਤਾਂ। ਸੋ ਵੀਰੋ ਤੁਸੀਂ ਆਪ ਸੋਚੋ, ਆਪਾਂ ਉਹਨਾਂ ਨੂੰ ਦੋਸ਼ ਨਾ ਦੇਈਏ, ਥੋੜ੍ਹਾ ਜਿਹਾ ਆਪਦੇ ਅੰਦਰ ਥੋੜ੍ਹੀ ਝਾਤੀ ਮਾਰ ਲਓ ਕਿ ਕੀ ਕਰੀ ਜਾਂਦੇ ਹਾਂ ਯਾਰ, ਅਸੀਂ ਤੱਕੜੀਆਂ ਪੰਜਿਆਂ 'ਚ ਹੀ ਫਸੇ ਪਏ ਹਾਂ ਯਾਰ। ਬਦਲ ਕੇ ਦੇਖ ਲਓ ਇਹ ਕਿਹੜਾ ਕੁੰਭ ਦਾ ਮੇਲਾ ਯਾਰ, ਜੇ ਅਸੀਂ ਨਾ ਚੱਜ ਦੇ ਨਿਕਲੇ ਸਾਨੂੰ ਭਗਾ ਕੇ ਮਾਰਿਓ ਯਾਰ। ਬਦਲ ਕੇ ਤਾਂ ਦੇਖ ਲਓ, ਸੰਗਰੂਰ ਵਾਲ ਨੂੰ ਪੁੱਛ ਕੇ ਦੇਖੋ, ਉਹ ਕਹਿੰਦੇ ਅਸੀਂ ਤੁਹਾਨੂੰ ਬਦਲਦੇ ਹੋ। ਮੈਂ ਪਹਿਲਾਂ ਮੈਂ ਹੱਥ ਬੰਨ ਕੇ ਫੋਟੋ ਖਿਚਾਈ ਸੀ ਜਦੋਂ 14 'ਚ, ਨਾਲ ਮੈਂ ਇਹ ਵੀ ਕਹਿੰਦਾ ਸੀ ਵੀ ਜੇ 19 'ਚ ਵੀ 5 ਸਾਲਾਂ ਬਾਅਦ ਵੀ ਮੈਨੂੰ ਹੱਥ ਬੰਨਣੇ ਪੈ ਗਏ ਫਿਰ ਲੱਖ ਲਾਣ ਤਾਂ ਮੇਰੀ ਸਿਆਸਤ ਦੇ ਯਾਰ। ਮੈਂ ਕਿਹਾ ਹੱਥ ਨਹੀਂ ਬੰਨਣੇ ਫਿਰ, ਤੁਸੀਂ ਆਪ ਵੋਟਾਂ ਪਾਉਂਦੇ, ਐਤਕੀ ਐਂ ਖਿਚਾਈ ਸੀ ਕਰੋ, ਲਓ ਕੱਢੋ ਮੇਰੇ 'ਚ ਕਸੂਰ ਕੱਢੋ। ਉਹ ਕਹਿੰਦੇ ਨਾ ਪਾਰਲੀਮੈਂਟ 'ਚ ਤੁਹਾਨੂੰ ਪਤਾ ਹੀ ਹੈ ਨੰਨੀ ਸ਼ਾਨ ਨਾਲ ਤਾਂ ਪਿੱਛਾ ਪੈਂਦੇ ਰਹਿੰਦਾ ਮੇਰਾ। ਚੱਲਿਆ ਬਾਗ ਬਾਰੇ ਮੈਂ ਬੋਲੀ ਜਾਵਾਂ, ਮਾੜੀ ਕਿਸਮਤ ਕਿਹੜਾ ਪੁੱਛ ਕੇ ਆਉਂਦੀ ਹੈ, ਉਦੋਂ ਹੈ ਨਹੀਂ ਸੀ ਉਹ, ਜਦੋਂ ਡਿਬੇਟ ਸ਼ੁਰੂ ਹੋਈ ਸੀ ਜਦੋਂ ਮੈਂ ਬੋਲਣਾ ਸ਼ੁਰੂ ਕੀਤਾ ਉਦੋਂ ਹੈ ਨਹੀਂ ਸੀ। ਜਦੋਂ ਮੈਂ ਡਿਨਰ ਦੀ ਗੱਲ ਕਰਨ ਲੱਗ ਗਿਆ ਵੀ ਜਨਰਲ ਡਾਇਰ ਨੇ ਇਹਨਾਂ ਦੇ ਘਰੇ ਡਿਨਰ ਕੀਤਾ ਸੀ ਮਜੀਠੀ ਦੇ, ਉਧਰੋਂ ਤੁਰੀ ਆ ਗਿਆ, ਮੈਂ ਕਿਹਾ ਉਹ ਆ ਗਈ ਆ ਆਉਂਦੀ, ਇਹਨੂੰ ਪੁੱਛੋ ਕਿਹਨਾਂ ਦੇ ਘਰੇ ਡਿਨਰ ਕੀਤਾ ਸੀ ਜਨਰਲ ਡਾਇਰ ਨੇ। ਵੀ ਬਾਹਰ ਪਾਰਲੀਮੈਂਟ ਦੀ ਸਕਰੀਨਾਂ ਚੱਲਦੀਆਂ ਨੇ, ਤੂੰ ਦੇਖ ਲਾ ਵੀ ਕੌਣ ਬੋਲੀ ਜਾਂਦਾ। ਵੀ ਜਦੋਂ ਘਲਾੜੀ ਚੱਲੀ ਜਾਂਦੀ ਹੈ ਤੈਂ ਹੱਥ ਵਿੱਚ ਜ਼ਰੂਰ ਦੇਣਾ, ਮਾੜੀ ਕਿਸਮਤ ਕਿਹੜਾ ਪੁੱਛ ਕੇ ਆਉਂਦੇ ਬਾਈ। ਸਵਾਲ ਤਾਂ ਆ ਗਿਆ ਨਾ, ਟਾਈਮ ਤੇ ਆ ਗਈ ਉਹ। ਐਂ ਜੇ ਕਰਦੀ ਹੁੰਦੀ ਆ, ਉਹਨੂੰ ਤਾਂ ਨੀ ਮੈਨੂੰ ਸਮਝ ਆਉਂਦਾ ਕੁਛ, ਬਹੁਤੀ ਬਣਦੀ ਨੀ ਮੇਰੇ ਨਾਲ ਉਹਦੀ। ਇੰਨਾ ਕੁ ਮੈਨੂੰ ਪਤਾ ਜਦੋਂ ਮੈਂ ਬੋਲਾਂ ਉਹ ਮੂਹਰੋਂ ਖੜੇ ਉਹ ਮੈਨੂੰ ਇੱਕ ਕਹਿੰਦਾ ਯਾਰ, ਕਹਿੰਦਾ ਇੰਨਾ ਤਾਂ ਸੁਖਬੀਰ ਵੀ ਨੀ ਭੂਰਦਾ ਹੋਣਾ ਉਹ ਬਾਈ, ਜਿੰਨਾ ਤੂੰ ਭੂਰੀ ਜਾਂਦਾ ਯਾਰ। ਸੋ ਵੀਰੋ ਤੁਹਾਡੇ ਵਰਗੇ ਹਾਂ, ਤੁਹਾਡੇ ਨਾਲ ਦੇ ਹਾਂ, ਅਸੀਂ ਫਿਰਦੇ ਹਾਂ, ਅਸੀਂ ਰਹਾਂਗੇ, ਕੋਈ ਬਦਲਾਅ ਨਹੀਂ ਆਊਗਾ। ਸ਼ੋਹਰਤਾਂ ਦੀਆਂ ਬੁਲੰਦੀਆਂ ਦੇਖ ਆਏ, ਕੋਈ ਅਖਬਾਰ 'ਚ ਫੋਟੋ ਛਪਾਉਣ ਦਾ ਚਾਅ ਨਹੀਂ, ਸਾਰੇ ਕੰਮ ਨਿਬੇੜੀ ਬੈਠੇ ਹਾਂ। ਕੋਈ ਟੈਲੀਵਿਜ਼ਨ 'ਤੇ ਆਉਣ ਦਾ ਚਾਅ ਨਹੀਂ, ਸਾਰੇ ਕੰਮ ਨਿਬੇੜੀ ਬੈਠੇ ਹਾਂ। ਇੱਕੋ ਹੀ ਚਾਅ ਹੈ ਕਿ ਜੇ ਮੇਰੀ ਮੇਰੇ ਮੇਰੀ ਆਵਾਜ਼ ਨੂੰ ਮਸ਼ਹੂਰ ਕਿਹਨੇ ਕੀਤਾ ਸੀ? 17.5 ਸਾਲ ਦਾ ਸੀ ਮੈਂ, ਤੂੰ ਮੇਰੀ ਆਵਾਜ਼ ਨੂੰ ਮਸ਼ਹੂਰ ਕਿਹਨੇ ਕੀਤਾ? ਤੁਸੀਂ। ਮੇਰੇ ਚਿਹਰੇ ਨੂੰ ਮਸ਼ਹੂਰ ਕਿਹਨੇ ਕੀਤਾ? ਤੁਸੀਂ। ਤੇ ਫਿਰ ਜੇ ਮੇਰੀ ਆਵਾਜ਼ ਤੇ ਮੇਰੇ ਚਿਹਰੇ ਨੂੰ ਮਸ਼ਹੂਰ ਤੁਸੀਂ ਕੀਤਾ, ਤਾਂ ਫਿਰ ਇਹ ਆਵਾਜ਼ ਤੇ ਇਹ ਚਿਹਰਾ ਤੁਹਾਡੇ ਹੱਕਾਂ ਦੀ ਲੜਾਈ ਵਾਸਤੇ ਵਰਤ ਲਵਾਂ। ਮੋਦੀ ਹੋਰੀ ਮੋਦੀ ਨੂੰ ਪੰਗਾ ਪੈ ਜਾਂਦਾ ਜਦੋਂ ਮੈਂ ਐਂ ਜੇ ਕਰਾਂ ਨਾ, ਮੋਦੀ ਨੂੰ ਪਤਾ ਹੁੰਦਾ ਲੈ ਹੁਣ ਇਹਦੀ ਵਾਰੀ ਆ, ਉਹ ਇਹ ਹੁਣ ਮੈਂ ਇਹ ਪੱਗ ਜੀ ਠੀਕ ਕਰੀ ਜਾਂਦਾ, ਇਹਦੀ ਵਾਰੀ ਆਊ ਹੁਣ। ਮੇਰੀ ਆਉਂਦੀ ਵੀ ਵਾਰੀ ਉਦੋਂ ਹੀ ਹੈ ਜਦੋਂ ਮੋਦੀ ਬੈਠਾ ਹੁੰਦਾ।
ਆ ਜਾਵੇਗਾ ਗੱਲ ਨੀ ਬਹਾਦਰੀ 15-15 lakh ਤੁਹਾਡੇ ਖਾਤੇ ਚ ਆਜੂ ਕਿਹੜਾ ਖਾਤੇ ਚ ਆ ਗਿਆ 15 lakh ਜਿਹੜੇ ਸਾਡੇ ਘਰੇ ਪਏ ਸੀ 2-3 ਹਜ਼ਾਰ ਉਹ ਵੀ ਕਢਾ ਕੇ ਲੈ ਕੇ ਨੋਟਬੰਦੀ ਜੀ ਕਰਤੀ ਯਾਰ ਲੋਕਾਂ ਦੇ ਘਰ ਲੜਾਈਆਂ ਕਰਾਤੀਆਂ ਮੇਰੇ ਕੋਲ ਤੁਰ ਤੁਰ ਕੇਸ ਆਏ ਨੇ ਮਾਵਾਂ ਭੈਣਾਂ ਨੂੰ ਆਦਤ ਹੁੰਦੀ ਹੈ ਚਲੋ ਹੁੰਦੀ ਤਾਂ ਵਧੀਆ ਵਸਦੀ ਆ ਉਹ ਥੋੜ੍ਹਾ ਜਿਹਾ ਅੱਡ ਰੱਖ ਲੈਂਦੀਆਂ ਨੇ ਪੈਸੇ ਘਰ ਵਾਲੇ ਨੂੰ ਦੱਸਦੀਆਂ ਨਹੀਂ ਹੈਗੀਆਂ ਵੀ ਇਹ ਤਾਂ ਉਹ ਲੜਾ ਦੂਗਾ ਗੁਰ ਛੱਡ ਲਿਓ ਉਡਾ ਦੂਗਾ ਤਾਂ ਯਾਰਾਂ ਦੋਸਤਾਂ ਨੂੰ ਥੋੜ੍ਹਾ ਅੱਡ ਰੱਖ ਲੈਂਦੇ ਹਾਂ ਵੀ ਚੱਲ ਕਿਤੇ ਐਮਰਜੈਂਸੀ ਵੇਲੇ ਕੰਮ ਆ ਜਾਣਗੇ ਲੈ ਰਾਤੋ ਰਾਤ ਨੋਟ ਬੰਦ ਕਰਤੇ ਨਾ ਵਿਚਾਰੀਆਂ ਦੱਸਣ ਜੋਗੀਆਂ ਨਾ ਰੱਖਣ ਜੋਗੀਆਂ ਦੱਸਦੀਆਂ ਨੇ ਤਾਂ ਤਾਂ ਮਰਦੀਆਂ ਨੇ ਉਹ ਲੜਦਾ ਕਹਿੰਦਾ ਇਹ ਕੁੰਡੀ ਤੂੰ ਕਿੱਥੋਂ ਲਾਈ ਆ ਵੀ ਨਹੀਂ ਦੱਸਦੀਆਂ ਤਾਂ ਉਹ ਕਾਗਜ਼ ਬਣਨਗੇ ਮੈਂ ਆ ਗੱਲ ਬੋਲਤੀ ਮੇਰੇ ਕੋਲੇ ਗੱਡੀ ਕੋਲੇ ਆ ਕੇ ਬੁੜੀਆਂ ਕਹਿ ਕੇ ਗਈਆਂ ਪੁੱਤ ਵੇ ਜਮਾ ਸਹੀ ਕਹਿ ਵੇ ਪੇਕਿਆਂ ਤੋਂ ਬਦਲਾ ਕੇ ਲਿਆਈਆਂ ਗੱਲ ਨੀ ਬਾਤੀ ਮੋਦੀ ਨੂੰ ਕੀ ਪਛਾਈ ਆ ਰਹੀ ਗੱਲ ਦਾ ਸੋ ਵੀਰੋ ਇਕੱਠੇ ਹੋ ਜਾਓ ਏਕਾ ਕਰ ਲੋ ਜਿੱਥੇ ਏਕਾ ਹੋ ਗਿਆ ਉਹ ਪਿੰਡ ਬਚ ਜੂਗਾ ਜਿੱਥੇ ਧੜੇਬੰਦੀ ਹੋ ਗਈ ਖਤਮ ਏਕਾ ਕਰ ਲੋ ਮੈਂ ਨੀ ਕਹਿੰਦਾ ਸਾਨੂੰ ਵੋਟਾਂ ਪਾਓ ਮੈਂ ਕਹਿੰਦਾ ਆਪਦੇ ਆਪ ਨੂੰ ਵੋਟਾਂ ਪਾਓ ਯਾਰ ਆਪਦੇ ਜਵਾਕਾਂ ਨੂੰ ਵੋਟਾਂ ਪਾਓ ਯਾਰ ਜਿਹੜਾ ਮਸ਼ੀਨ ਦਾ ਬਟਨ ਹੈ ਨਾ ਜਿਹੜੀ ਮਸ਼ੀਨ ਹੁੰਦੀ ਵੋਟਾਂ ਵਾਲੀ ਉਹ ਬਟਨ ਨਾ ਤੱਕੜੀ ਦਾ ਨਾ ਪੰਜੇ ਦਾ ਨਾ ਗੱਡੇ ਦਾ ਨਾ ਪੌੜੀ ਦਾ ਨਾ ਕੁੰਜੀ ਦਾ ਨਾ ਦਾਤੀ ਦਾ ਨਾ ਥੌੜੀ ਦਾ ਨਾ ਝਾੜੂ ਦਾ ਉਹ ਬਟਨ ਤੁਹਾਡੇ ਜਵਾਕਾਂ ਦੀ ਕਿਸਮਤ ਦਾ ਬਟਨ ਹੈ ਜੇ ਗਲਤ ਬਦਲਾਓਗੇ ਤਾਂ ਗਹਿਣੇ ਧਰਤੀ ਸਹੀ ਦਾ ਬਦਲਾਓਗੇ ਤਾਂ ਕਿਸਮ ਚੰਦ ਆਹ ਗੱਲਾਂ ਨੇ ਬਸ ਆਹ ਚਾਰ ਗੱਲਾਂ ਨੇ ਹੋਰ ਕੋਈ ਗੱਲ ਨਹੀਂ ਕਰਦੀ ਸੋ ਵੀਰੋ ਦਿੱਲੀ ਤੋਂ ਆਇਆ 5:30 ਸਵੇਰੇ ਉੱਠਿਆ 5:30 ਉੱਠ ਕੇ ਸਿੱਧਾ ਸੰਗਰੂਰ ਸੰਗਰੂਰ ਤੋਂ ਆਪਣਾ ਕਿਹੜਾ ਪਿੰਡ ਸੀ ਖੋਸਾ ਪਾਂਡੋ ਸਾਰਾ ਦਿਨ ਉੱਥੇ ਲੋਕਾਂ ਨੇ ਸ਼ਿਕਾਇਤਾਂ ਸੁਣ ਕੇ 17 ਘੰਟੇ ਨੀਂਦ ਨਹੀਂ ਆਉਂਦੀ ਅਬਦੁਲ ਕਲਾਮ ਭਾਰਤ ਦੇ ਰਾਸ਼ਟਰਪਤੀ ਰਹੇ ਨੇ ਉਹਨਾਂ ਨੇ ਪਤਾ ਕੀ ਕਿਹਾ ਉਹਨਾਂ ਦੀ ਕਿਤਾਬ ਪੜ੍ਹਿਓ ਕਦੇ ਉਡਾਰੀ ਅੰਬਰਾਂ ਵੱਲ ਉਹਦਾ ਨਾਮ ਹੈ ਪੰਜਾਬੀ ਅੰਗਰੇਜ਼ੀ ਵਰਜ਼ਨ ਉਹ ਕਹਿੰਦਾ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਨੀਂਦ ਚ ਆਉਂਦੇ ਨੇ ਸੁਪਨੇ ਉਹ ਹੁੰਦੇ ਨੇ ਜਿਹੜੇ ਤੁਹਾਨੂੰ ਸੌਣ ਨਹੀਂ ਦਿੰਦੇ ਪੰਜਾਬ ਦੇ ਕਿਸਾਨ ਨੂੰ ਖੁਸ਼ਹਾਲ ਬਣਾਉਣ ਦਾ ਸੁਪਨਾ ਸੌਣ ਨਹੀਂ ਦਿੰਦਾ ਪੰਜਾਬ ਦੇ ਨੌਜਵਾਨ ਨੂੰ ਰੋਜ਼ਗਾਰ ਤੇ ਲਾਉਣ ਦਾ ਸੁਪਨਾ ਸੌਣ ਨਹੀਂ ਦਿੰਦਾ ਪੰਜਾਬ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਬਚਾਉਣ ਦਾ ਸੁਪਨਾ ਸੌਣ ਨਹੀਂ ਦਿੰਦਾ 18 ਮੈਂ ਤਾਂ 2-3 ਘੰਟੇ ਹੀ ਸੌਣਾ ਉਹ ਵੀ ਜਿਹੜਾ ਸੁਣਨਾ ਉਹ ਚ ਵੀ ਸੁਪਨੇ ਚ ਮਜੀਠੀਆਂ ਮਜੂਠੀਆਂ ਨਾਲ ਲੜਾਈ ਲੜੂਈ ਹੁੰਦੀ ਹੁੰਦੀ ਹੈ ਸੌਣ ਲੱਗੇ ਸੋ ਦੋਨੇ ਹੱਥ ਉੱਪਰ ਚੱਕੇ ਦੋ ਨਾਰੇ ਲਾ ਦੇ ਉੱਤੇ ਕਿ ਪਤਾ ਲੱਗੇ ਕੋਟਕਪੂਰਾ ਟੂ ਬਾਘਾ ਪੁਰਾਣਾ ਮੈਂ ਮੋਗਾ ਟੂ ਮੈਨੂੰ ਦਿਓ ਮੈਂ ਦਿੱਲੀ ਲੈ ਕੇ ਜਾਣਾ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਇੱਕ ਮਿੰਟ ਇੱਕ ਮੈਂ ਨਾ ਕਿਤੇ ਮੈਂ ਇੱਕ ਦਿਨ ਨਾ ਭਾਸ਼ਣ ਖਤਮ ਕਰਨ ਤੋਂ ਪਹਿਲਾਂ ਨਾ ਇੱਕ
ਕਿਤੇ ਮੈਂ ਕਹਿ ਬੈਠਾ, ਮੇਰੇ ਮੂੰਹ ਚੋਂ ਨਿਕਲ ਗਿਆ ਵੀ ਬਹੁਤ ਬਹੁਤ ਥੋੜਾ ਧੰਨਵਾਦ, ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢਿਆ। ਇੱਕ ਮੂਹਰੋਂ ਬਜ਼ੁਰਗ ਉੱਠ ਕੇ ਕਹਿੰਦਾ, ਪੁੱਤ ਕੋਈ ਕੀਮਤੀ ਕੁਮਤੀ ਨੀ, ਵਿਹਲੇ ਹੀ ਹੁੰਦੇ ਆ, ਇੱਥੇ ਹੀ ਹੁੰਦੇ ਆ, ਊਂ ਖਿੰਡੇ ਜੇ ਬੈਠੇ ਹੁੰਦੇ ਆ, ਤੇਰੇ ਕਰਕੇ ਇਕੱਠੇ ਜੇ ਹੋ ਗਏ, ਭਾਵੇਂ ਦੋ ਘੰਟਿਆਂ ਬਾਅਦ ਫੇਰ ਆ ਜੀ, ਇੱਥੇ ਹੀ ਹੁੰਦੇ ਆ। ਮੈਂ ਤਾਂ ਕਹਿਣਾ ਹੀ ਹਟ ਗਿਆ ਹੁਣ, ਮੈਂ ਤਾਂ ਇਹ ਕਹਿਣ ਲੱਗ ਗਿਆ ਵੀ ਵਾਹ ਵਾਹ ਧੰਨਵਾਦ, ਤੁਸੀਂ ਆਪਣੇ ਕਵੀਲਰ ਦੇ ਟਾਈਮ ਤੋਂ ਟਾਈਮ ਕੱਢਿਆ। ਲਵ ਯੂ ਆਲ, ਸਤਿ ਸ਼੍ਰੀ ਅਕਾਲ।